ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬ ਜੀਕੇ ਦੇ ਨਾਲ ਰਿਲੇਟਡ ਇੰਪੋਰਟੈਂਟ ਐਮਸੀਕਿਊ ਦਾ ਪਾਰਟ 1 ਕਰਨ ਜਾ ਰਹੇ ਹਾਂ ਹਾਂਜੀ ਅਸੀਂ ਪੰਜਾਬ ਜੀਕੇ ਦੇ 1000 ਐਮਸੀਕਿਊ ਦੀ ਸੀਰੀਜ਼ ਸਟਾਰਟ ਕਰਨ ਜਾ ਰਹੇ ਹਾਂ ਜਿਸ ਦਾ ਪਾਰਟ 1 ਅਸੀਂ ਅੱਜ ਕਰਾਂਗੇ ਤੇ ਹਰੇਕ 2 ਦਿਨ ਬਾਅਦ ਤੁਹਾਨੂੰ ਪੰਜਾਬ ਜੀਕੇ ਦੇ 50 ਐਮਸੀਕਿਊ ਦੀ ਵੀਡੀਓ ਮਿਲੇਗੀ ਜਿਸ ਦੇ ਵਿੱਚ ਅਸੀਂ 1000 ਐਮਸੀਕਿਊ ਕਵਰ ਕਰਨ ਵਾਲੀਆਂ ਤੇ ਹੁਣ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਸ ਦੇ ਵਿੱਚ ਇਸ ਦੇ ਫਾਇਦੇ ਕੀ ਆ ਤੁਹਾਨੂੰ ਇੱਕ ਤਾਂ ਤੁਸੀਂ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਜਿਹੜੇ ਵੀ ਸਟੂਡੈਂਟ ਫੋਰੈਸਟ ਗਾਰਡ ਵੀਡੀਓ ਪੀ ਟ੍ਰਿਪਲ ਐਸ ਬੀ ਕਲਰਕ ਟੈਕਸ ਐਂਡ ਐਕਸਾਈਜ਼ ਇੰਸਪੈਕਟਰ ਜਾਂ ਫਿਰ ਸਰਵੇਅਰ ਦੇ एग्जाम ਦੀ ਤਿਆਰੀ ਕਰ ਰਹੇ ਨੇ ਕਿ ਪੰਜਾਬ ਜੀ ਕੇ ਤੁਹਾਡੇ ਲਈ ਕਿੰਨੀ ਜ਼ਿਆਦਾ ਇੰਪੋਰਟੈਂਟ ਹੈ ਹੁਣ ਦੇਖੋ ਪੰਜਾਬ ਦਾ ਪੇਪਰ ਦੇ ਰਹੇ ਹੋ ਤਾਂ ਪੰਜਾਬ ਜੀ ਕੇ ਕਿੰਨੀ ਜ਼ਿਆਦਾ ਇੰਪੋਰਟੈਂਟ ਹੈ ਤਾਂ ਮੈਨੂੰ ਵੀ ਦੱਸਣ ਦੀ ਲੋੜ ਨਹੀਂ ਠੀਕ ਹੈ ਤੇ ਇੱਕ ਦੂਸਰਾ ਜੇਕਰ ਤੁਸੀਂ ਇਹ 1000 एमसीक्यू ਮੇਰੇ ਨਾਲ ਕਵਰ ਕਰੋਗੇ ਤਾਂ ਤੁਸੀਂ ਫੋਰੈਸਟ ਗਾਰਡ ਵੀਡੀਓ ਜਾਂ ਪੀ ਟ੍ਰਿਪਲ ਐਸ ਤਾਂ ਕੀ ਉਸ ਤੋਂ ਬਾਅਦ ਕੋਈ ਵੀ ਪੇਪਰ ਦਿਓਗੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਜੇਕਰ ਤੁਸੀਂ ਇੱਕ ਵਾਰ ਫੋਰੈਸਟ ਗਾਰਡ ਦੇ ਇਗਜ਼ਾਮ ਦੀ ਤਿਆਰੀ ਕਰ ਲਿਨੇ ਹੋ ਤਾਂ ਅੱਗੇ ਜਾ ਕੇ ਚਾਹੇ ਕਨਸਟੇਬਲ ਦੀ ਪੋਸਟ ਆ ਜਾਏ ਠੀਕੇ ਕੋਈ ਵੀ ਪੋਸਟ ਆ ਜੇ ਤੁਸੀਂ ਆਸਾਨੀ ਦੇ ਨਾਲ ਉਸ ਨੂੰ ਪਾਰ ਕਰ ਸਕਦੇ ਹੋ ਤੁਹਾਨੂੰ ਇੰਨਾ ਔਖਾ ਨਹੀਂ ਹੋਣਾ ਪਵੇਗਾ ਜਿੰਨਾ ਤੁਸੀਂ ਹੁਣ ਹੋ ਰਹੇ ਆਂ ਹਾਂਜੀ ਜੇਕਰ ਤੁਸੀਂ ਕੋਈ ਵੀ ਪੇਪਰ ਇਸ ਤੋਂ ਇਲਾਵਾ ਵੀ ਦੇਵੋਗੇ ਅੱਗੇ ਜਾ ਕੇ ਤਾਂ ਪੇਪਰ ਵਿੱਚ ਬੈਠ ਕੇ ਸੋਚੋਗੇ ਕਿ ਵਾਕਿਆ ਹੀ ਅਸੀਂ ਇੱਕ ਪੇਪਰ ਦੀ ਤਿਆਰੀ ਕੀਤੀ ਸੀ ਤੇ ਉਸ ਦਾ ਫਾਇਦਾ ਸਾਨੂੰ ਅੱਜ ਵੀ ਹੋ ਰਿਹਾ ਏ ਕੋਈ ਵੀ ਇੰਟਰਵਿਊ ਦੇਣ ਜਾਵੋਗੇ ਉਸ ਦਾ ਫਾਇਦਾ ਤੁਹਾਨੂੰ ਤੁਹਾਡਾ ਆਪਣੇ ਆਪ ਹੀ ਪਤਾ ਚੱਲੇਗਾ ਕਿ ਇੱਕ ਪੇਪਰ ਦੀ ਤਿਆਰੀ ਕਰਨ ਦੇ ਨਾਲ ਤੁਹਾਨੂੰ ਕੀ ਕੀ ਫਾਇਦੇ ਹੋਏ ਨੇ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਅਸੀਂ ਜੋ ਤਿਆਰੀ ਕਰਦੇ ਹਾਂ ਬਿਲਕੁਲ ਲੋ ਲੈਵਲ ਤੋਂ ਲੈ ਕੇ ਅਸੀਂ ਹਾਈ ਲੈਵਲ ਤੱਕ ਜਾਂਦੇ ਹਾਂ ਤਾਂ ਜੋ ਪੇਪਰ ਦਾ ਲੈਵਲ ਕੋਈ ਵੀ ਆ ਜਾਏ ਤੁਸੀਂ ਬਿਲਕੁਲ ਆਸਾਨੀ ਦੇ ਨਾਲ ਆਪਣੇ ਕੁਐਸ਼ਨ ਅਟੈਂਪਟ ਕਰ ਸਕੋ ਠੀਕ ਹੈ ਇਸ ਤੋਂ ਇਲਾਵਾ ਜੇਕਰ ਤੁਹਾਡੇ ਭੈਣ ਭਰਾ ਜੋ ਵੀ 7th ਕਲਾਸ ਤੋਂ ਉੱਪਰ ਕਿਸੇ ਵੀ ਕਲਾਸ ਵਿੱਚ ਪੜ ਰਹੇ ਨੇ ਉਹਨਾਂ ਨੂੰ ਵੀ ਇਹ ਵੀਡੀਓ ਲੈਕਚਰ ਨਾਲ ਦੀ ਨਾਲ ਕਵਰ ਕਰਨ ਲਈ ਪ੍ਰੇਰਣਾ ਦਿਓ ਤਾਂ ਜੋ ਅੱਜ ਜਿੰਨੇ ਔਖੇ ਅਸੀਂ ਹੋ ਰਹੇ ਹਾਂ ਬੇਸਿਕ ਕਲੀਅਰ ਨਾ ਹੋਣ ਕਰਕੇ ਜਿਵੇਂ ਤੁਸੀਂ ਸਾਨੂੰ ਸ਼ੁਰੂਆਤ ਕਰਨੀ ਕਿੰਨੀ ਔਖੀ ਹੋਈ ਸੀ ਜਦੋਂ ਅਸੀਂ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਨ ਲੱਗੇ ਸੀ ਤਾਂ ਜੋ ਅੱਗੇ ਜਾ ਕੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਆਸਾਨੀ ਦੇ ਨਾਲ ਪਲੱਸ 2 ਤੋਂ ਬਾਅਦ ਹੀ ਆਪਣਾ ਕੋਈ ਨਾ ਪੇਪਰ ਦੇ ਸਕਣ ਤੇ ਇੰਨੇ ਜ਼ਿਆਦਾ ਉਹ ਐਕਟਿਵ ਹੋਣ ਕਿ ਉਹਨਾਂ ਨੂੰ ਆਪਣੇ ਆਪ ਤੇ ਬਿਲੀਵ ਹੋਵੇ ਕਿ ਹਾਂ ਇਹ ਤਾਂ ਸਾਨੂੰ ਆਉਂਦਾ ਵਾ ਸੀ ਆਸਾਨੀ ਦੇ ਨਾਲ ਕਰ ਸਕਦੇ ਆ ਹਾਂਜੀ ਦੇਖੋ ਜਿਆਦਾ ਪ੍ਰੋਬਲਮ ਆਉਂਦੀਆਂ ਨੇ ਬੇਸਿਕ ਕਲੀਅਰ ਨਾ ਹੋਣ ਕਰਕੇ ਠੀਕ ਹੈ ਜਿਸ ਕਰਕੇ 7 ਦੇਖੋ ਜਦੋਂ ਵੀ ਅਸੀਂ ਛੋਟੀਆਂ ਕਲਾਸਾਂਸ ਦੇ ਵਿੱਚ ਪੜ੍ਹਦੇ ਆ ਤਾਂ ਉਸ ਦੇ ਵਿੱਚ ਕੀ ਹੈ ਸਾਨੂੰ ਇਹਨਾਂ ਨਹੀਂ ਪਤਾ ਹੁੰਦਾ ਕਿ ਅਸੀਂ ਮਤਲਬ ਕਿ ਸਿਰਫ ਆਪਣੀ ਜ਼ਿੰਦਗੀ ਮਾਨਦੇ ਆ ਮੌਜਾਂ ਮਾਨਦੇ ਆ ਇਹਨਾਂ ਨਹੀਂ ਪਤਾ ਹੁੰਦਾ ਕਿ ਅੱਗੇ ਜਾ ਕੇ ਸਾਡੀ ਲਾਈਫ ਕਿੰਨੀ ਟਫ ਹੋਣ ਵਾਲੀ ਹੈ ਠੀਕ ਹੈ ਜਿਆਦਾ ਪ੍ਰੋਬਲਮ ਆਉਂਦੀਆਂ ਨੇ ਜਦੋਂ ਸਾਡਾ ਬੇਸਿਕ ਕਲੀਅਰ ਨਹੀਂ ਹੁੰਦਾ ਇਸ ਕਰਕੇ 7 8th ਤੋਂ ਹੀ ਆਪਣੇ ਛੋਟੇ ਭੈਣ ਭਰਾਵਾਂ ਨੂੰ ਪ੍ਰੇਰਨਾ ਦਿਓ ਕਿ ਉਹ ਡੇਲੀ ਇੱਕ ਗਰੰਟ ਫਿਰ ਦੀ ਵੀਡੀਓ ਦੇਖਣ ਅਤੇ ਇੱਕ ਪੰਜਾਬ ਜੀਕੇ ਦੀ ਵੀਡੀਓ ਅੱਧਾ ਘੰਟਾ ਜ਼ਰੂਰ ਦੇ ਦੇਣਾ ਆਪਣੀ ਪੜ੍ਹਾਈ ਨੂੰ ਐਕਸਟਰਾ ਆਪਣੀ ਸਟੱਡੀ ਤੋਂ ਐਕਸਟਰਾ ਅੱਧਾ ਘੰਟਾ ਇਸ ਵੀਡੀਓ ਨੂੰ ਮਤਲਬ ਕਿ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਅੱਧਾ ਘੰਟਾ ਉਹ ਪੰਜਾਬ ਜੀਕੇ ਜਾਂ ਫਿਰ ਆਪਣੀ ਐਕਸਟਰਾ ਵੀਡੀਓ ਜੀਕੇ ਨੂੰ ਜ਼ਰੂਰ ਦੇਣ ਜੇ ਮੇਰੇ ਚੈਨਲ ਤੋਂ ਨਹੀਂ ਕਰਨਾ ਚਾਹੁੰਦੇ ਫਿਰ ਵੀ ਨਹੀਂ ਉਸੀ ਕਿਸੇ ਵੀ ਚੈਨਲ ਤੋਂ ਉਹਨਾਂ ਨੂੰ ਕਰਵਾ ਸਕਦੇ ਹਾਂ ਠੀਕ ਹੈ ਤਾਂ ਜੋ ਉਹਨਾਂ ਦਾ ਬੇਸਿਕ ਕਲੀਅਰ ਹੋਵੇ ਤੇ ਬੱਚੇ ਅੱਗੇ ਜਾ ਕੇ ਇੰਨੇ ਜੋਗੇ ਹੋਣ ਕਿ ਉਹ ਆਪਣਾ ਪੇਪਰ ਆਸਾਨੀ ਦੇ ਨਾਲ ਅਟੈਂਪਟ ਕਰ ਲੈਣ ਤੇ ਪੇਪਰ ਦੇ ਵਿੱਚ ਬੈਠਣ ਤੇ ਉਹ ਕਦੇ ਵੀ ਘਬਰਾਉਣ ਨਾ ਕਿ ਨਹੀਂ ਉਹਨਾਂ ਨੂੰ ਆਪਣੇ ਆਪ ਤੇ ਹੌਸਲਾ ਹੋ ਜਾਏ ਕਿ ਮੈਂ ਕਰ ਸਕਦਾ ਮਾਂ ਠੀਕ ਹੈ ਜੇਕਰ ਬੇਸਿਕ ਕਲੀਅਰ ਹੋਵੇਗਾ ਤਾਂ ਅੱਗੇ ਜਾ ਕੇ ਕਿਸੇ ਵੀ ਪੇਪਰ ਦੇ ਵਿੱਚ ਉਹਨਾਂ ਨੂੰ ਅਟੈਂਪਟ ਕਰਨ ਦੇ ਲਈ ਦੇਖੋ ਪੇਪਰ ਦੇ ਵਿੱਚ ਸਮਾਂ ਬਹੁਤ ਥੋੜਾ ਹੁੰਦਾ ਵਾ ਕਿ ਅਸੀਂ ਆਪਣਾ ਬੇਸਿਕ ਕਲੀਅਰ ਕਰਨ ਦਾ ਵੀ ਸਾਨੂੰ ਟਾਈਮ ਨਹੀਂ ਦਿੱਤਾ ਜਾਂਦਾ ਅਸੀਂ ਸਿਰਫ ਤੇ ਸਿਰਫ ਕੀ ਆ ਜੋ ਸਿਲੇਬਸ ਦੇ ਵਿੱਚ ਹੈ ਉਸ ਦੇ ਨਾਲ ਹੀ ਸਾਨੂੰ ਪੜ੍ਹਨਾ ਪੈਂਦਾ ਵਾ ਠੀਕ ਹੈ ਪਰ ਜੇਕਰ ਸਿਲੇਬਸ ਦੇ ਵਿੱਚ ਸਾਡਾ ਬੇਸਿਕ ਪਹਿਲਾਂ ਹੀ ਕਲੀਅਰ ਆ ਤਾਂ ਕੋਈ ਵੀ ਸਿਲੇਬਸ ਆ ਜੇ ਅਸੀਂ ਆਸਾਨੀ ਦੇ ਨਾਲ ਉਸ ਨੂੰ ਪੜ੍ਹ ਲਵਾਂਗੇ ਠੀਕ ਹੈ ਇਸ ਕਰਕੇ ਉਹਨਾਂ ਨੂੰ ਜਰੂਰ ਪ੍ਰੇਰਣਾ ਦਿਓ ਛੋਟਿਆਂ ਨੂੰ ਕਿ ਉਹ ਵੀ ਆਪਣਾ ਪੜ੍ਹ ਸਕਣ ਤੇ ਵਧੀਆ ਤੋਂ ਵਧੀਆ ਅੱਗੇ ਜਾ ਕੇ ਤਿਆਰੀ ਕਰਨ ਤਾਂ ਜੋ ਲੈਵਲ ਦੇਖੋ ਤੁਸੀਂ ਡੇਲੀ ਦੀ ਡੇਲੀ ਕੰਪੀਟੀਸ਼ਨ ਕਿੰਨਾ ਜ਼ਿਆਦਾ ਵਧਦਾ ਜਾ ਰਿਹਾ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਆਪਣੇ ਟੌਪਿਕ ਤੇ ਆਉਨੇ ਆ ਜਿਹੜੀ ਵੀਡੀਓ ਮੈਂ ਤੁਹਾਨੂੰ ਅੱਜ ਕਰਵਾਉਣ ਜਾ ਰਹੀ ਹਾਂ ਇਸ ਨੂੰ ਮੇਰੇ ਨਾਲ ਨਾਲ ਕਵਰ ਕਰਨਾ ਠੀਕ ਹੈ ਜੀ ਤੇ ਇਸ ਦੇ ਨਾਲ ਤੁਹਾਨੂੰ ਇੱਕ ਤਾਂ ਇਹ ਫਾਇਦਾ ਵਾ ਜਿਹੜੇ ਵੀ ਪੰਜਾਬ ਦੇ ਜੋ ਵੀ ਟੌਪਿਕ ਆ ਉਹ ਸਾਰੇ ਅਸੀਂ ਇਸ 1000 MCQ ਦੇ ਵਿੱਚ ਕਵਰ ਕਰਾਂਗੇ ਕਿਸੇ ਵੀ ਸਬਜੈਕਟ ਦੇ ਨਾਲ ਰਿਲੇਟਡ ਹੋ ਸਕਦੇ ਆ ਚਾਹੇ ਇਕਨੋਮਿਕਸ ਦੇ ਹੋਣ ਠੀਕ ਹੈ ਚਾਹੇ ਪੰਜਾਬ ਦੇ ਉਹ ਪੋਲੀਟੀ ਦੇ ਨਾਲ ਰਿਲੇਟਡ ਹੋਣ ਹਿਸਟਰੀ ਦੇ ਨਾਲ ਰਿਲੇਟਡ ਹੋਣ ਗੁਰੂਆਂ ਨਾਲ ਰਿਲੇਟਡ ਹੋਣ ਜੋ ਵੀ ਸਭ ਕੁਝ ਹੁੰਦਾ ਪੰਜਾਬ ਦਾ ਪੂਰੇ ਦਾ ਪੂਰਾ ਨਿਚੋੜ ਅਸੀਂ ਕਰਾਂਗੇ ਇਸ 1000 ਐਮਸੀਕਿਊ ਦੇ ਵਿੱਚੋਂ ਤੁਸੀਂ ਅੱਗੇ ਜਾ ਕੇ ਕੋਈ ਵੀ ਪੇਪਰ ਦੇ ਸਕੋਗੇ ਠੀਕ ਹੈ ਤਾਂ ਹਰ ਇੱਕ ਕੁਐਸਚਨ ਆ ਜਿਹੜਾ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਉਸ ਨੂੰ ਤੁਸੀਂ ਪੂਰੇ ਧਿਆਨ ਦੇ ਨਾਲ ਵੀਡੀਓ ਨੂੰ ਦੇਖਣਾ ਤੇ ਪਹਿਲਾ ਕੁਐਸਚਨ ਜੋ ਮੈਂ ਇਸ ਵਿੱਚ ਐਡ ਕੀਤਾ ਗਿਆ ਹੈ ਨਾ ਉਹ ਪੰਜਾਬ ਦੇ ਨੰਬਰ ਮਤਲਬ ਪੰਜਾਬ ਦੇ ਅੰਕੜਿਆਂ ਦੇ ਨਾਲ ਰਿਲੇਟਡ ਕੀਤਾ ਵਾ ਇਸ ਤੋਂ ਇਲਾਵਾ ਜੋ ਅੱਗੇ ਅਸੀਂ ਕਰਾਂਗੇ ਉਸ ਦੇ ਵਿੱਚ ਬਿਲਕੁਲ ਈਜ਼ੀ ਹੋਣਗੇ ਠੀਕ ਹੈ ਇਸ ਦੇ ਵਿੱਚ ਮੈਂ ਤੁਹਾਨੂੰ ਪੰਜਾਬ ਤੇ ਭਾਰਤ ਬਾਰੇ ਦੋਨਾਂ ਬਾਰੇ ਹੀ ਦੱਸਣਾ ਚਾਹੁੰਦੀ ਸੀ ਇਸ ਕਰਕੇ ਮੈਂ ਫਰਸਟ ਕੁਐਸਚਨ ਤੁਹਾਡੇ ਲਈ ਇਹੀ ਇਸ ਵੀਡੀਓ ਦੇ ਵਿੱਚ ਐਡ ਕੀਤਾ 2011 ਦੇ ਜਨਗਣਨਾ ਅੰਕੜਿਆਂ ਦੇ ਆਧਾਰ ਤੇ ਪੰਜਾਬ ਵਿੱਚ ਸੌਰੀ ਭਾਰਤ ਵਿੱਚ ਪੰਜਾਬ ਦੇ ਸਥਾਨ ਨੂੰ ਉਸ ਦੇ ਅੰਕੜਿਆਂ ਨਾਲ ਮਿਲਾਉਣਾ ਸੀ ਠੀਕ ਹੈ ਮਤਲਬ 2011 ਦੇ ਜਨਗਣਨਾ ਅਨੁਸਾਰ ਪੰਜਾਬ ਦੇ ਕੀ ਭਾਰਤ ਦੇ ਵਿੱਚ ਪੰਜਾਬ ਦੇ ਕਿਹੜੇ ਕਿਹੜੇ ਸਥਾਨ ਨੇ ਉਹ ਅਸੀਂ ਦੱਸਦੇ ਨੇ ਆ ਤੇ ਇਸ ਦੇ ਨਾਲ ਹੀ ਮੈਂ ਤੁਹਾਨੂੰ ਦੱਸਾਂਗੀ ਕਿ ਭਾਰਤ ਦੇ ਕਿਹੜੇ-ਕਿਹੜੇ ਨੇ ਠੀਕ ਹੈ ਇਸ ਗੱਲ ਦਾ ਹੁਣ ਤੁਸੀਂ ਧਿਆਨ ਰੱਖਣਾ ਦੇਖੋ ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਖੇਤਰਫਲ ਖੇਤਰਫਲ ਦੇ ਪੱਖੋਂ ਪੰਜਾਬ ਦਾ ਭਾਰਤ ਦੇ ਵਿੱਚ ਕਿੰਨਾਵਾਂ ਸਥਾਨ ਆ ਹਾਂਜੀ ਖੇਤਰਫਲ ਦੇ ਪੱਖੋਂ ਪੰਜਾਬ ਦਾ ਭਾਰਤ ਦੇ ਵਿੱਚ ਕਿੰਨਾਵਾਂ ਸਥਾਨ ਆ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਹਾਂਜੀ ਦੇਖ ਸਕਦੇ ਹੋ ਤੁਸੀਂ ਜਿਹੜੇ ਵੀ ਸਟੂਡੈਂਟਸ ਟਾਈਮ ਮੰਗਦੇ ਨੇ ਬਹੁਤ ਸਾਰੇ ਸਟੂਡੈਂਟਸ ਦੇ ਕਮੈਂਟ ਆਉਂਦੇ ਨੇ ਕਿ ਸਾਨੂੰ ਵੀ ਟਾਈਮ ਦਿੱਤਾ ਜਾਵੇ ਸੋਚਣ ਦਾ ਤਾਂ ਤੁਹਾਨੂੰ 3 ਸੈਕਿੰਡ ਦੇ ਰਹੀਆਂ ਖੇਤਰਫਲ ਦੇ ਪੱਖੋਂ ਪੰਜਾਬ ਦਾ ਭਾਰਤ ਦੇ ਵਿੱਚ ਕਿੰਨਾਵਾਂ ਸਥਾਨ ਹੈ 19ਵਾਂ ਆਪਸ਼ਨ ਨੰਬਰ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ 5th ਜੋ ਹੈ ਠੀਕ ਹੈ ਪੰਜਵਾਂ ਜੋ ਹੈ ਇਸ ਦੇ ਨਾਲ ਮੈਚ ਹੋ ਰਿਹਾ ਵਾ ਉਸ ਤੋਂ ਬਾਅਦ ਅਸੀਂ ਦੇਖ ਲੈਂਦੇ ਹਾਂ ਜਨਸੰਖਿਆ ਜਨਸੰਖਿਆ ਦੇ ਪੱਖੋਂ ਪੰਜਾਬ ਦਾ ਭਾਰਤ ਦੇ ਵਿੱਚ ਕਿੰਨਾਵਾਂ ਸਥਾਨ ਹੈ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ 15ਵਾਂ ਠੀਕ ਹੈ 15ਵਾਂ ਸਥਾਨ ਹੈ ਹਾਂਜੀ ਅੱਗੇ ਵਸੂਕਾਂਡਤਾ ਦੇ ਪੱਖੋਂ ਪੰਜਾਬ ਦਾ ਭਾਰਤ ਵਿੱਚ ਕਿੰਨਾਵਾਂ ਸਥਾਨ ਹੈ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਪਹਿਲਾ ਜੇਕਰ ਅਸੀਂ ਗੱਲ ਕਰੀਏ ਸਾਖਰਤਾ ਪੱਖੋਂ ਪੰਜਾਬ ਦਾ ਭਾਰਤ ਵਿੱਚ ਕਿੰਨਾਵਾਂ ਸਥਾਨ ਹੈ 14ਵਾਂ ਠੀਕ ਹੈ ਜੀ ਲਿੰਗਨੁਪਾਤ ਉਪਾਤ ਪੱਖੋਂ ਪੰਜਾਬ ਦਾ ਭਾਰਤ ਵਿੱਚ ਕਿੰਨਾਵਾਂ ਸਥਾਨ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਜੀ 25ਵਾਂ ਉਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਸਹਿਰੀਕਰਨ ਦਰ ਦੇ ਪੱਖੋਂ ਪੰਜਾਬ ਦਾ ਭਾਰਤ ਵਿੱਚ ਕਿੰਨਾਮਾ ਸਥਾਨ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਜੀ 7ਵਾਂ ਆਪਸ਼ਨ ਨੰਬਰ 3 ਠੀਕ ਹੈ ਇਸ ਦੇ ਨਾਲ ਮੈਚ ਹੋ ਰਿਹਾ ਹੈ ਹੁਣ ਦੇਖੋ ਤੁਸੀਂ ਆਪਸ਼ਨ ਕਿਹੜੀ ਬਣ ਰਹੀ ਹੈ ਇਸ ਦੇ ਵਿੱਚੋਂ ਇੱਕ ਤਾਂ ਸਾਡੇ ਕੋਲੇ ਪਹਿਲੇ ਤਾਂ ਕੀ ਬਣ ਰਿਹਾ ਵਾ 5ਥ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ 6 ਆ ਰਿਹਾ ਫਿਰ 1 2 4 ਤੇ 3 ਇਸ ਤਰ੍ਹਾਂ ਦੀ ਆਪਸ਼ਨ ਸਾਨੂੰ ਅਸੀਂ ਦੇਖ ਲੈਣੇ ਆ ਕਿਹੜੀ ਬਣ ਰਹੀ ਆ ਤੇ ਉਹ ਹੀ ਸਾਡਾ ਰਾਈਟ ਆਨਸਰ ਹੋਵੇਗਾ ਇਸ ਕੁਐਸ਼ਨ ਦਾ ਇਸ ਤਰ੍ਹਾਂ ਦੇ ਕੁਐਸ਼ਨ ਬਹੁਤ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਨੇ ਪੈਟਰਨ ਦੇ ਤੌਰ ਤੇ ਪੇਪਰ ਨੂੰ ਜਦੋਂ ਲੈਂਥੀ ਬਣਾਇਆ ਜਾਂਦਾ ਏ ਕਿ ਸਟੂਡੈਂਟਸ ਨੂੰ ਅੱਧਾ ਮਿੰਟ ਵੀ ਨਹੀਂ ਦਿੱਤਾ ਜਾਂਦਾ ਟਾਈਮ ਦੇ ਅਕੋਰਡਿੰਗ ਕੀ ਉਹ ਪੜ੍ਹ ਕੇ ਪੇਪਰ ਦੇ ਸਕਣ ਆਪਣਾ ਠੀਕ ਹੈ ਤਾਂ ਇਸ ਤਰ੍ਹਾਂ ਦੇ ਕੁਐਸ਼ਨ ਪ੍ਰੈਕਟਿਸ ਦੇ ਨਾਲ ਹੀ ਹੋਣੇ ਆ ਆਪਸ਼ਨ ਨੰਬਰ ਆੜਾ ਇਸ ਕੁਐਸ਼ਨ ਦਾ ਰਾਈਟ ਆਨਸਰ ਆ ਠੀਕ ਹੈ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਭਾਸ਼ਾ ਦੇ ਆਧਾਰ ਤੇ ਹੁਣ ਦਾ ਪੰਜਾਬ ਕਦੋਂ ਹੋਂਦ ਵਿੱਚ ਆਇਆ ਹਾਂਜੀ ਭਾਸ਼ਾ ਦੇ ਆਧਾਰ ਤੇ ਹੁਣ ਦਾ ਪੰਜਾਬ 1 ਨਵੰਬਰ 1966 ਨੂੰ ਹੋਂਦ ਵਿੱਚ ਆਇਆ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਦੇਖੋ 1 ਨਵੰਬਰ 1966 ਨੂੰ ਆਇਆ ਸੀ ਇਸ ਕਰਕੇ ਪੰਜਾਬ ਦੇ ਵਿੱਚ ਪੰਜਾਬ ਦਿਵਸ ਕਦੋਂ ਮਨਾਇਆ ਜਾਂਦਾ 1 ਨਵੰਬਰ ਨੂੰ ਮਨਾਇਆ ਜਾਂਦਾ ਠੀਕ ਹੈ ਤੇ ਤੁਹਾਨੂੰ ਕੁਐਸ਼ਚਨ ਇਹ ਵੀ ਆ ਸਕਦਾ ਕਿ ਨਵੇਂ ਪੰਜਾਬ ਦਾ ਗਠਨ ਕਿਹੜੇ ਸਾਲ ਹੋਇਆ ਸੀ ਤਾਂ ਇਸ ਦਾ ਵੀ ਰਾਈਟ ਆਨਸਰ ਹੋਵੇਗਾ 1966 ਠੀਕ ਹੈ ਜੀ 18ਵੀਂ ਮੈਨੇਜਮੈਂਟ ਦੇ ਤਹਿਤ ਪੰਜਾਬ ਦਾ ਗਠਨ ਹੋਇਆ ਸੀ ਇਹ ਤੁਸੀਂ ਯਾਦ ਰੱਖਣਾ ਨੈਕਸਟ ਕੁਐਸ਼ਚਨ ਹੁਣ ਦੇ ਪੰਜਾਬ ਵਿੱਚ ਦਰਿਆਵਾਂ ਦੀ ਕੁੱਲ ਗਿਣਤੀ ਕਿੰਨੀ ਹੈ ਹਾਂਜੀ ਹੁਣ ਦੇ ਪੰਜਾਬ ਦੇ ਵਿੱਚ ਦਰਿਆਵਾਂ ਦੀ ਕੁੱਲ ਗਿਣਤੀ ਕਿੰਨੀ ਆ ਤਿੰਨ ਆਪਸ਼ਨ ਨੰਬਰ E ਇਸ ਦਾ ਰਾਈਟ ਆਨਸਰ ਕਿਹੜੇ ਕਿਹੜੇ ਆ ਸਤਲੁਜ ਰਾਵੀ ਤੇ ਬਿਆਸ ਇਹ ਚੋ ਇੱਕ ਗੱਲ ਤੁਸੀਂ ਯਾਦ ਰੱਖਣਾ ਕਿ ਰਾਵੀ ਆ ਜੋ ਉਹ ਸਾਡੇ ਪੰਜਾਬ ਦੇ ਵਿੱਚ ਅੱਧਾ ਹੀ ਹੈ ਨੈਕਸਟ 2001 ਤੇ 2011 ਵਿੱਚ ਜਨਗਣਨਾ ਸਮੇਂ ਪੰਜਾਬ ਵਿੱਚ ਕਰਮਬਾਰ ਜ਼ਿਲ੍ਹਿਆਂ ਦੀ ਕੁੱਲ ਗਿਣਤੀ ਕਿੰਨੀ ਸੀ ਹਾਂਜੀ ਬਹੁਤ ਸਾਰੇ ਸਟੂਡੈਂਟਸ ਕਮੈਂਟ ਕਰਨ ਲੱਗ ਜਾਂਦੇ ਨੇ ਇਸ ਕਰਕੇ ਮੈਂ ਸਾਫ਼-ਸਾਫ਼ ਲਿਖ ਦਿੱਤਾ ਹੋਇਆ ਹੈ 2001 ਤੇ 2011 ਦੀ ਕ ਵਿੱਚ ਤੋਂ ਦੇ ਲਈ ਕੁੱਲ ਲਿਖਿਆ ਇੱਥੇ ਕਰਮਬਾਰ ਕਰਮਬਾਰ ਦਾ ਮਤਲਬ ਮੈਂ ਤੁਹਾਨੂੰ ਅੱਗੇ ਵੀ ਬਹੁਤ ਵਾਰ ਦੱਸਿਆ ਕਿ ਜਦੋਂ ਵੀ ਸਾਡੇ ਕੋਲੇ ਜੋ ਚੀਜ਼ ਪਹਿਲਾਂ ਲਿਖੀ ਆ ਠੀਕ ਹੈ ਇਸ ਦਾ ਮਤਲਬ ਉਸ ਦਾ ਆਨਸਰ ਉਹ ਪਹਿਲਾਂ ਹੀ ਮੰਗ ਰਿਹਾ ਵਾ 2011 ਬਾਅਦ ਚ ਲਿਖਿਆ ਤਾਂ 2011 ਦੇ ਵਿੱਚ ਅਸੀਂ ਬਾਅਦ ਚ ਹੀ ਦੱਸਣਾ ਕਿ ਕਿੰਨੇ ਜ਼ਿਲ੍ਹੇ ਸੀ ਠੀਕ ਹੈ ਉਹਨਾਂ ਨੇ ਕਰਮਬਾਰ ਪੁੱਛਿਆ ਵਾ 2021 ਚ ਕਿੰਨੇ ਜ਼ਿਲ੍ਹੇ ਸੀ 2011 ਦੇ ਵਿੱਚ ਕਿੰਨੇ ਜ਼ਿਲ੍ਹੇ ਆ ਠੀਕ ਹੈ ਹੁਣ ਦੱਸੋ ਤੁਸੀਂ ਤਾਂ ਦੇਖੋ 2001 ਦੇ ਵਿੱਚ ਜੋ ਜ਼ਿਲ੍ਹਿਆਂ ਦੀ ਗਿਣਤੀ ਸੀ ਉਹ ਸੀਗੀ 17 ਠੀਕ ਹੈ ਤੇ 2011 ਦੇ ਵਿੱਚ ਜੋ ਜ਼ਿਲ੍ਹਿਆਂ ਦੀ ਗਿਣਤੀ ਸੀ ਉਹ ਕਿੰਨੀ ਆ ਬੀ ਤੇ ਉਸ ਤੋਂ ਬਾਅਦ ਤਿੰਨ ਜ਼ਿਲ੍ਹੇ ਹੋਰ ਬਣੇ ਆ ਠੀਕ ਹੈ ਤਿੰਨ ਜ਼ਿਲ੍ਹੇ 2011 ਦੀ ਜਨਗਣਨਾ ਤੋਂ ਬਾਅਦ ਬਣਾਏ ਗਏ ਆ ਤੇ ਮਲੇਰਕੋਟਲਾ ਤਾਂ ਤੁਹਾਨੂੰ ਪਤਾ ਹੀ ਆ ਪੰਜਾਬ ਦਾ 23ਵਾਂ ਜ਼ਿਲ੍ਹਾ ਬਣਿਆ ਵਾ ਜਿਹੜਾ ਕਿ ਰੀਸੈਂਟਲੀ ਬਣਾਇਆ ਗਿਆ ਵਾ ਤੁਹਾਨੂੰ ਇਹ ਤਾਂ ਪਤਾ ਕਿ ਜ਼ਿਲ੍ਹੇ ਜ਼ਿਲ੍ਹਾ ਬਣਿਆ ਕਿਹੜੇ ਤਿਹਾਰ ਤੇ ਬਣਿਆ ਈਦ ਵਾਲੇ ਤਿਹਾਰ ਤੇ ਬਣਿਆ ਠੀਕ ਹੈ 14 ਮਈ 2021 ਨੂੰ ਬਣਿਆ ਇਹ ਵੀ ਤੁਹਾਨੂੰ ਪਤਾ ਵਾ ਪਰ ਇਸ ਦੇ ਵਿੱਚ ਮੇਨ ਕੀ ਹੈ ਮੈਂ ਜੋ ਤੁਹਾਨੂੰ ਦੱਸਣਾ ਚਾਹੁੰਦੀ ਆ ਜਿਹੜਾ ਤੁਹਾਨੂੰ ਅੱਜ ਤੱਕ ਨਹੀਂ ਕਿਸੇ ਨੇ ਦੱਸਿਆ ਹੋਣਾ ਮਲੇਰਕੋਟਲੇ ਜ਼ਿਲ੍ਹੇ ਦੀਆਂ ਤਹਿਸੀਲਾਂ ਕਿੰਨੀਆਂ ਆ ਮਾ ਦੋ ਇੱਕ ਮਲੇਰਕੋਟਲਾ ਤੇ ਇੱਕ ਅਹਿਮਦਗੜ ਤੇ ਮਲੇਰਕੋਟਲੇ ਮੇਰੇਲਕੋਟਲੇ ਦੇ ਜ਼ਿਲ੍ਹੇ ਦੀ ਮਲੇਰਕੋਟਲੇ ਜ਼ਿਲ੍ਹੇ ਦੀ ਸਬ ਤਹਿਸੀਲ ਕਿਹੜੀ ਆ ਅਮਰਗੜ ਇਹ ਤੁਸੀਂ ਯਾਦ ਰੱਖਣਾ ਇਹ ਇੰਪੋਰਟੈਂਟ ਆ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਣਾ ਤੇ ਬਾਕੀ ਦੋ ਜ਼ਿਲ੍ਹੇ ਕਿਹੜੇ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਕਮੈਂਟ ਕਰਦੇ ਨੇ ਕਿ ਸਾਨੂੰ ਵੀ ਟਾਈਮ ਦਿੱਤਾ ਜਾਵੇ ਸੋਚਣ ਦਾ ਵੀ ਤੇ ਦੱਸਣ ਦਾ ਵੀ ਠੀਕ ਹੈ ਜੋ ਮੈਂ ਤੁਹਾਨੂੰ ਕੁਐਸਚਨ ਪੁੱਟ ਕਰੂੰਗੀ ਉਸ ਦਾ ਆਨਸਰ ਤੁਸੀਂ ਦੇਣਾ ਹੋਵੇਗਾ ਨੈਕਸਟ ਕੁਐਸਚਨ 1947 ਤੋਂ ਪਹਿਲਾਂ ਵਾਲੇ ਪੰਜਾਬ ਦੇ ਕੁੱਲ ਕਿੰਨੇ ਜ਼ਿਲ੍ਹੇ ਸਨ ਵੈਰੀ ਵੈਰੀ ਇੰਪੋਰਟੈਂਟ ਹਾਂਜੀ 1947 ਤੋਂ ਜਿਹੜਾ ਪਹਿਲਾਂ ਵਾਲਾ ਪੰਜਾਬ ਸੀ ਉਸ ਦੇ ਵਿੱਚ ਟੋਟਲ ਕਿੰਨੇ ਜ਼ਿਲ੍ਹੇ ਸਨ 29 ਜ਼िले ਸਨ অপਸ਼ਨ ਨੰਬਰ ਊੜਾ ਇਜ਼ ਦਾ রাইਟ ਆਂਸਰ 1947 ਤੋਂ ਪਹਿਲਾਂ ਵਾਲੀ ਪੰਜਾਬ ਦੀ ਗੱਲ ਹੋ ਰਹੀ ਆ ਸੌਰੀ ਇੱਥੇ ਕਾਲ ਲਾਉਣਾ ਠੀਕ ਹੈ ਕਿੰਨੇ ਜ਼ਿਲੇ ਸਨ 29 ਨੈਕਸਟ ਕੁਐਸਚਨ ਵੰਡ ਤੋਂ ਬਾਅਦ ਹੋਂਦ ਵਿੱਚ ਆਏ ਚੜ੍ਹਦੇ ਪੰਜਾਬ ਦੇ ਕੁੱਲ ਕਿੰਨੇ ਜ਼ਿਲ੍ਹੇ ਸਨ ਹਾਂਜੀ ਪਹਿਲਾਂ ਤਾਂ ਦੇਖੋ 1947 ਦੇ ਵਿੱਚ ਜਦੋਂ ਵੰਡ ਹੋਈ ਸੀ ਤਾਂ ਉਸ ਸਮੇਂ ਪੰਜਾਬ ਦੇ ਵਿੱਚ ਕੁੱਲ ਕਿੰਨੇ ਜ਼ਿਲ੍ਹੇ ਸਨ 29 ਜ਼ਿਲ੍ਹੇ ਸਨ ਕਿੰਨੇ ਸੀਗੇ 29 1947 ਸਮੇਂ ਮਤਲਬ ਵੰਡ ਤੋਂ ਪਹਿਲਾਂ ਪਰ ਜਦੋਂ ਪੰਜਾਬ ਦੀ ਵੰਡ ਹੋ ਗਈ ਤਾਂ ਉਸ ਸਮੇਂ ਪੰਜਾਬ ਦੇ ਵਿੱਚ ਉਹਦੇ ਵਿੱਚ ਜੋ ਪੰਜਾਬ ਆਇਆ ਤਾਂ ਉਸ ਦੇ ਵਿੱਚ ਕਿੰਨੇ ਕੁੱਲ ਜ਼ਿਲ੍ਹੇ ਬਚੇ ਵੰਡ ਤੋਂ ਬਾਅਦ ਪੰਜਾਬ ਦੇ ਵਿੱਚ ਟੋਟਲ 13 ਹੀ ਜ਼ਿਲ੍ਹੇ ਬਚ ਗਏ ਸੀ অপਸ਼ਨ ਨੰਬਰ ਈ ਇਸ ਦਾ ਰਾਈਟ ਆਨਸਰ ਦੇਖੋ ਹੁਣ ਤੁਸੀਂ ਯਾਦ ਰੱਖਣਾ ਵੰਡ ਤੋਂ ਪਹਿਲਾਂ 29 ਜ਼ਿਲ੍ਹੇ ਸੀ ਤੇ ਫਿਰ ਉਸ ਤੋਂ ਬਾਅਦ ਕਿੰਨੇ ਜ਼ਿਲ੍ਹੇ ਬਣੇ 13 ਜ਼ਿਲ੍ਹੇ ਬਣੇ ਤੇ ਐਟ ਪ੍ਰੈਜ਼ੈਂਟ ਕਿੰਨੇ ਨੇ 23 ਨੇ ਠੀਕ ਹੈ ਹੁਣ ਤੁਸੀਂ ਇਹ ਵੀ ਯਾਦ ਰੱਖਣਾ ਕਿ ਵੰਡ ਤੋਂ ਪਹਿਲਾਂ ਵੀ ਪੰਜਾਬ ਦੀਆਂ ਪੰਜ ਹੀ ਡਿਵੀਜ਼ਨਾਂ ਸਨ ਜੋ ਕਿ 29 ਜ਼ਿਲ੍ਹਿਆਂ ਦੇ ਵਿੱਚ ਵੰਡੀਆਂ ਹੋਈਆਂ ਸੀ ਤੇ ਵੰਡ ਤੋਂ ਬਾਅਦ ਪੰਜਾਬ ਦਾ 69% ਖੇਤਰ ਪਾਕਿਸਤਾਨ ਦੇ ਕੋਲ ਚਲੇ ਗਿਆ ਅਤੇ 31% ਜੋ ਖੇਤਰ ਸੀਗਾ ਉਹ ਭਾਰਤ ਦੇ ਵਿੱਚ ਰਹਿ ਗਿਆ। ਪੰਜਾਬ ਪਾਕਿਸਤਾਨ ਨੂੰ ਤਿੰਨ ਡਿਵੀਜ਼ਨਾਂ ਦੇ ਵਿੱਚ ਮਿਲ ਗਿਆ ਸੀ ਜਿਨ੍ਹਾਂ ਦੇ ਵਿੱਚ 16 ਜ਼ਿਲ੍ਹੇ ਸ਼ਾਮਿਲ ਸੀ ਅਤੇ ਭਾਰਤ ਨੂੰ ਦੋ ਡਿਵੀਜ਼ਨਾਂ ਮਿਲੀਆਂ ਜਿਸ ਦੇ ਵਿੱਚ 13 ਜ਼ਿਲ੍ਹੇ ਸ਼ਾਮਿਲ ਸੀ। ਇਹ ਤੁਸੀਂ ਯਾਦ ਰੱਖਣਾ ਇੰਪੋਰਟੈਂਟ ਆ ਤੁਹਾਡੇ ਲਈ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ। ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ। ਇਸ ਦਾ ਤੁਹਾਨੂੰ ਦੇਖੋ ਫੁੱਲ ਫਾਰਮ ਵੀ ਆ ਸਕਦੀ ਆ ਇੰਪੋਰਟੈਂਟ ਆ। ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਨੂੰ ਇੱਕ ਨਵੇਂ ਭ੍ਰਾਂਤ ਦਾ ਦਰਜਾ ਕਦੋਂ ਦਿੱਤਾ ਗਿਆ ਵੈਰੀ ਵੈਰੀ ਇੰਪੋਰਟੈਂਟ ਹਾਂਜੀ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਨੂੰ ਇੱਕ ਨਵੇਂ ਭ੍ਰਾਂਤ ਦਾ ਦਰਜਾ ਦਿੱਤਾ ਗਿਆ 15 ਜੁਲਾਈ 1948 ਨੂੰ ਆਪਸ਼ਨ ਨੰਬਰ ਈਡੀਐਸ ਕੁਐਸ਼ਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਪੈਪਸੂ ਰਾਜ ਨੂੰ ਪੰਜਾਬ ਵਿੱਚ ਮਿਲਾਉਣ ਨਾਲ 1956 ਦੇ ਵਿੱਚ ਕਦਮ ਲਾਇਆ ਗਿਆ ਸੀ ਪੈਪਸੂ ਨੂੰ ਪੰਜਾਬ ਦੇ ਵਿੱਚ 1956 ਵਿੱਚ ਮਿਲਾਇਆ ਗਿਆ ਸੀ ਠੀਕ ਹੈ ਤੁਸੀਂ ਯਾਦ ਰੱਖਣਾ ਜਦੋਂ ਉਹ ਕਹਿੰਦਾ ਪੈਪਸੂ ਰਾਜ ਨੂੰ ਪੰਜਾਬ ਦੇ ਵਿੱਚ ਮਿਲਾ ਲਿਆ ਗਿਆ ਪੰਜਾਬ ਵਿੱਚ ਕੁੱਲ ਜ਼ਿਲ੍ਹਿਆਂ ਦੀ ਗਿਣਤੀ ਕਿੰਨੀ ਹੋ ਗਈ ਸੀ ਹਾਂਜੀ ਜਦੋਂ ਪੈਪਸੂ ਨੂੰ ਪੰਜਾਬ ਦੇ ਵਿੱਚ ਮਿਲਾਇਆ ਗਿਆ ਸੀ ਤਾਂ ਪੰਜਾਬ ਦੇ ਵਿੱਚ ਟੋਟਲ ਜ਼ਿਲ੍ਹਿਆਂ ਦੀ ਜਿਹੜੀ ਗਿਣਤੀ ਆ ਉਹ ਕਿੰਨੀ ਹੋ ਗਈ ਸੀ 18 ਆਪਸ਼ਨ ਨੰਬਰ ਈਡੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪੈਪਸੂ ਬਾਰੇ ਪਤਾ ਹੋਣਾ ਚਾਹੀਦਾ ਵਾ ਠੀਕ ਹੈ ਪੈਪਸੂ ਸਟੇਟ ਬਣੀ ਸੀ ਇੱਕ ਉਸ ਨੂੰ ਪੰਜਾਬ ਵਿੱਚ ਮਿਲਾਇਆ ਗਿਆ ਸੀ 1956 ਦੇ ਵਿੱਚ ਤੇ ਪੈਪਸੂ ਸਟੇਟ ਦੀਆਂ ਕੋਲ ਕਿੰਨੀਆਂ ਰਿਆਸਤਾਂ ਸੀ ਅੱਠ ਰਿਆਸਤਾਂ ਸੀ ਪੈਪਸੂ ਰਾਜ ਦੀ ਰਾਜਸਥਾਨੀ ਕੇ.ਡੀ.ਸੀ ਪਟਿਆਲਾ ਸੀ ਠੀਕ ਹੈ ਤੇ ਪੈਪਸੂ ਰਾਜ ਦੀਆਂ ਜਿਹੜੀਆਂ ਅੱਠ ਰਿਆਸਤਾਂ ਸੀ ਉਹਨਾਂ ਦੇ ਨਾਮ ਕੀ ਆ ਇੱਕ ਤਾਂ ਸੀ ਨਾਲਾਗੜ ਇਹ Hindu ਰਿਆਸਤ ਸੀ ਠੀਕ ਹੈ ਇੱਕ ਸੀ ਕਲਸੀਆ ਇੱਕ ਮਲੇਰਕੋਟਲਾ ਇਹ ਮੁਸਲਿਮ ਰਿਆਸਤ ਸੀ ਇੱਕ ਪਟਿਆਲਾ ਇਹ ਤਾਂ ਪੈਪਸੂ ਦੀ ਰਾਜਸਥਾਨੀ ਸੀ ਇੱਕ ਨਾਬਾ ਕਪੂਰਥਲਾ ਜੀਂਦ ਤੇ ਫਰੀਦਕੋਟ ਇਹ ਤੁਸੀਂ ਯਾਦ ਰੱਖਣਾ ਠੀਕ ਹੈ ਜੀ ਹਾਂ ਜੀ ਤੇ 1956 ਦੇ ਵਿੱਚ ਪੈਪਸੂ ਨੂੰ ਸ਼ਾਮਿਲ ਕੀਤਾ ਗਿਆ ਸੀ ਪੰਜਾਬ ਦੇ ਵਿੱਚ ਇਹ ਤੁਸੀਂ ਯਾਦ ਰੱਖਣਾ ਇੰਪੋਰਟੈਂਟ ਹੈ ਤੁਹਾਡੇ ਲਈ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ 2011 ਦੀ ਜਨਗਣਨਾ ਅਨੁਸਾਰ ਸਾਖਰਤਾ ਪੱਖੋਂ ਪੰਜਾਬ ਦਾ ਭਾਰਤ ਦੇ ਰਾਜਾਂ ਵਿੱਚ ਕਿੰਨਾ ਮਾ ਸਥਾਨ ਹੈ 2011 ਦੀ ਜਨਗਣਨਾ ਅਨੁਸਾਰ ਸਾਖਰਤਾ ਪੱਖੋਂ ਪੰਜਾਬ ਦਾ ਭਾਰਤ ਦੇ ਰਾਜਾਂ ਦੇ ਵਿੱਚ ਸਥਾਨ 14ਵਾਂ অপশন নাম্বার 6th क्वेश्चन ਦਾ রাইਟ ਆਨਸਰ ਹੈ ਕਿੰਨਾਵਾਂ 14ਵਾਂਵਾਂ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਹਾਂਜੀ ਹੁਣ ਅਸੀਂ ਗੱਲ ਕੀਤੀ ਆ ਸਾਖਰਤਾ ਦਾ ਠੀਕ ਹੈ ਸਾਖਰਤਾ ਦੀ ਤੇ ਪੰਜਾਬ ਦੀ ਜਿਹੜੀ ਸਾਖਰਤਾ ਦਰ ਉਹ ਹੈ ਕਿੰਨੀ ਆ ਭਾਰਤ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਪੰਜਾਬ ਦੀ ਸਾਖਰਤਾ ਦਰ 60 ਸੌਰੀ 76. 68% ਜਾਨਕੀ 76.68% ਆ ਤੇ ਜੇਕਰ ਅਸੀਂ ਗੱਲ ਕਰੀਏ ਭਾਰਤ ਦੀ ਭਾਰਤ ਦੀ ਕਿੰਨੀ ਆ ਪੂਰੇ ਵਰਲਡ ਦੇ ਵਿੱਚ 64.40 04 64.04% ਇਹ ਦੋਨੋਂ ਤੁਸੀਂ ਯਾਦ ਰੱਖਣਾ ਠੀਕ ਹੈ ਮੈਂ ਨਾਲ ਦੀ ਨਾਲ ਹੀ ਦੱਸਦੀ ਜਾਵਾਂਗੀ ਨੈਕਸਟ ਕੁਐਸਚਨ 2011 ਦੀ ਜਨਗਣਨਾ ਅਨੁਸਾਰ ਪੰਜਾਬ ਵਿੱਚ ਵਸੇ ਹੋਏ ਪਿੰਡਾਂ ਦੀ ਕੁੱਲ ਗਿਣਤੀ ਕਿੰਨੀ ਹੈ हां जी 2011 ਦੀ ਜਨਗਣਨਾ ਅਨੁਸਾਰ ਪੰਜਾਬ ਵਿੱਚ ਵਸੇ ਹੋਏ ਕੁੱਲ ਪਿੰਡਾਂ ਦੀ ਗਿਣਤੀ ਕਿੰਨੀ ਆ 2011 ਦੀ ਜਨਗਣਨਾ ਅਨੁਸਾਰ ਪੁੱਛ ਰਿਹਾ ਉਹ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 6 12581 ਇਹ ਤੁਸੀਂ ਯਾਦ ਰੱਖਣਾ ਠੀਕ ਹੈ ਜੀ ਹਾਂ ਜੀ 12581 ਆ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਰਾਜ ਪ੍ਰਬੰਧ ਦੀ ਸਹੂਲਤ ਲਈ ਪੰਜਾਬ ਵਿੱਚ ਡਿਵੀਜ਼ਨਾਂ ਦੀ ਗਿਣਤੀ ਕਿੰਨੀ ਹੈ ਹਾਂਜੀ ਰਾਜ ਪ੍ਰਬੰਧ ਦੀ ਸਹੂਲਤ ਦੇ ਲਈ ਪੰਜਾਬ ਦੀ ਹਾਂ ਕਿੰਨੀਆਂ ਡਿਵੀਜ਼ਨਾਂ ਹਨ ਇਹ ਤੁਹਾਨੂੰ ਪੁੱਛਿਆ ਗਿਆ ਹੈ ਪੰਜਾਬ ਦੀਆਂ ਡਿਵੀਜ਼ਨਾਂ ਦੇ ਬਾਰੇ ਤਾਂ ਇਸ ਕੋਆਇਸ਼ਣ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 5 ਪੰਜ ਡਿਵੀਜ਼ਨਾਂ ਨੇ ਪੰਜਾਬ ਦੀਆਂ ਠੀਕ ਹੈ ਤੁਸੀਂ ਯਾਦ ਰੱਖਣਾ ਹਾਂਜੀ ਪੰਜਾਬ ਦੀਆਂ ਕਿੰਨੀਆਂ ਡਿਵੀਜ਼ਨਾਂ ਨੇ ਪੰਜਾਬ ਦੀਆਂ ਪੰਜ ਡਿਵੀਜ਼ਨਾਂ ਨੇ ਠੀਕ ਹੈ ਰਾਜ ਪ੍ਰਬੰਧ ਦੀ ਸਹੂਲਤ ਲਈ ਪੰਜਾਬ ਦੀਆਂ ਪੰਜ ਡਿਵੀਜ਼ਨਾਂ ਨੂੰ ਬਣਾਈਆਂ ਗਈਆਂ ਸੀਗੀਆਂ ਕਿਹੜੀਆਂ-ਕਿਹੜੀਆਂ ਨੇ ਪੰਜ ਡਿਵੀਜ਼ਨਾਂ ਫਰੀਦਕੋਟ ਡਿਵੀਜ਼ਨ

ਜਲੰਧਰ ਡਿਵੀਜ਼ਨ ਪਟਿਆਲਾ ਡਿਵੀਜ਼ਨ ਤੇ ਰੋਪੜ ਡਿਵੀਜ਼ਨ ਰੋਪੜ ਡਿਵੀਜ਼ਨ ਸਭ ਤੋਂ ਐਂਟੇਪਣੀ ਸੀ ਕਦੋਂ ਬਣੀ ਸੀ 31 ਦਸੰਬਰ 2010 ਨੂੰ ਬਣਾਈ ਗਈ ਸੀ ਠੀਕ ਹੈ ਤੁਸੀਂ ਯਾਦ ਰੱਖਣਾ ਤੇ ਫਰੀਦਕੋਟ ਡਿਵੀਜ਼ਨ ਜਿਹੜੀ ਕਿ ਮੈਂ ਤੁਹਾਨੂੰ ਪਹਿਲਾਂ ਦੱਸੀ ਆ ਇਸ ਦੇ ਵਿੱਚ ਤਿੰਨ ਜ਼ਿਲ੍ਹੇ ਆ ਕਿਹੜੇ ਕਿਹੜੇ ਫਰੀਦਕੋਟ ਬਠਿੰਡਾ ਅਤੇ ਮਾਨਸਾ ਫਿਰੋਜ਼ਪੁਰ ਦੇ ਵਿੱਚ ਚਾਰ ਜ਼ਿਲ੍ਹੇ ਆ ਫਿਰੋਜ਼ਪੁਰ ਫਾਜ਼ਿਲਕਾ ਮੁਕਤਸਰ ਅਤੇ ਮੋਗਾ ਠੀਕ ਹੈ ਤੇ ਜਲੰਧਰ ਦੇ ਵਿੱਚ ਕਿੰਨੇ ਜ਼ਿਲ੍ਹੇ ਆ ਸੱਤ ਕਿਹੜੇ ਕਿਹੜੇ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਪੂਰਥਲਾ ਜਲੰਧਰ ਹੁਸ਼ਿਆਰਪੁਰ ਅਤੇ ਪਠਾਨਕੋਟ ਤੇ ਪਟਿਆਲਾ ਦੇ ਵਿੱਚ ਕਿੰਨੇ ਜ਼ਿਲ੍ਹੇ ਆ ਜਦੋਂ ਡਿਵੀਜ਼ਨ ਬਣੀ ਸੀ ਉਸ ਸਮੇਂ ਪਟਿਆਲਾ ਦੇ ਵਿੱਚ ਪੰਜ ਜ਼ਿਲ੍ਹੇ ਸੀਗੇ ਪਰ ਹੁਣ ਕਿੰਨੇ ਹੋਗੇ 6 ਹੋਗੇ ਠੀਕ ਹੈ 6 ਕਿਵੇਂ ਬਣੇ ਕਿਉਂਕਿ ਸੰਗਰੂਰ ਜ਼ਿਲ੍ਹੇ ਤੋਂ ਅੱਗ ਕਰਕੇ ਇੱਕ ਤੋਂ ਮਲੇਰਕੋਟਲਾ ਜ਼ਿਲ੍ਹਾ ਬਣਿਆ ਜੋ ਉਹ ਵੀ ਤਾਂ ਇਸ ਦੇ ਵਿੱਚ ਹੀ ਐਡ ਹੋਵੇਗਾ ਠੀਕ ਹੈ ਮਲੇਰਕੋਟਲਾ ਸੰਗਰੂਰ ਪਟਿਆਲਾ ਲੁਧਿਆਣਾ ਬਰਨਾਲਾ ਅਤੇ ਫਤਿਹਗੜ੍ਹ ਸਾਹਿਬ ਰੋਪੜ ਦੇ ਵਿੱਚ ਕਿੰਨੇ ਜ਼ਿਲ੍ਹੇ ਆ ਤਿੰਨ ਰੂਪਨਗਰ ਨਮਾ ਸ਼ਹਿਰ ਅਤੇ ਮੁਹਾਲੀ ਠੀਕ ਹੈ ਜੀ ਨੈਕਸਟ ਕੁਐਸ਼ਨ ਪਹਿਲ ਹਾਂਜੀ 1 ਨਵੰਬਰ 1966 ਨੂੰ ਬਣੇ ਪੰਜਾਬ ਵਿੱਚ ਜ਼ਿਲ੍ਹਿਆਂ ਦੀ ਗਿਣਤੀ ਕਿੰਨੀ ਸੀ ਹਾਂਜੀ 1 ਨਵੰਬਰ 1966 ਨੂੰ ਜਦੋਂ ਨਵੇਂ ਪੰਜਾਬ ਦਾ ਗਠਨ ਕੀਤਾ ਗਿਆ ਸੀ ਉਸ ਸਮੇਂ ਪੰਜਾਬ ਦੇ ਵਿੱਚ ਜ਼ਿਲ੍ਹਿਆਂ ਦੀ ਗਿਣਤੀ ਕਿੰਨੀ ਸੀ ਤਾਂ ਉਸ ਸਮੇਂ ਜ਼ਿਲ੍ਹਿਆਂ ਦੀ ਗਿਣਤੀ ਸੀ 11 ਇਹ ਤੁਸੀਂ ਲਿਖ ਲੈਣਾ ਜ਼ਿਲ੍ਹਿਆਂ ਬਾਰੇ ਗੱਲ ਕਰ ਰਹੇ ਆ ਨਾ ਤਾਂ ਜ਼ਿਲ੍ਹੇ ਪਾ ਕੇ ਲੱਗ ਤੋਂ ਲਿਖ ਲੈਣਾ ਜਿੰਨੇ ਵੀ ਜ਼ਿਲ੍ਹਿਆਂ ਨਾਲ ਰਿਲੇਟਡ ਆ ਰਹੇ ਆ ਆਪਸ਼ਨ ਨੰਬਰ 1 ਹੈ ਇਸਾ ਰਾਈਟ ਆਨਸਰ ਤੇ ਜਦੋਂ ਵੀ ਨੋਟਸ ਬਣਾਉਂਗੇ ਦੇਖੋ ਜ਼ਿਲ੍ਹਿਆਂ ਵਾਲੇ ਉੱਪਰ ਲਿਖ ਲਵੋਗੇ ਫਿਰ ਨਾਲ ਦੀ ਨਾਲ ਹੀ ਕਿਹੜੇ ਜ਼ਿਲ੍ਹੇ ਕਿਹੜੀ ਡਿਵੀਜ਼ਨ ਦੇ ਵਿੱਚ ਆਉਂਦੇ ਆ ਇਹ ਵੀ ਲਿਖ ਲਵੋਗੇ ਠੀਕ ਹੈ ਜੀ ਇਹ ਸਾਰਾ ਨਾਲ ਦੀ ਨਾਲ ਹੀ ਕਰਦੇ ਜਾਵਾਂਗੇ ਤਾਂ ਤੁਹਾਡੇ ਲਈ ਈਜ਼ੀ ਹੋਵੇਗਾ ਅੱਗੇ ਜਾ ਕੇ ਕਦੇ ਵੀ ਤੁਸੀਂ ਚੱਕ ਕੇ ਦੇਖ ਸਕਦੇ ਹੋ ਜਦੋਂ ਲਿਖੋਗੇ ਤਾਂ ਨਾਲ ਦੀ ਨਾਲ ਹੀ ਪਹਿਲਾਂ ਤਾਂ ਪੱਕੇ ਹੋ ਜਾਂਦੇ ਆ ਲਿਖਣ ਨਾਲ ਠੀਕ ਹੈ ਜੀ ਹੁਣ ਹਾਂਜੀ 1 ਨਵੰਬਰ 1966 ਨੂੰ ਜਦੋਂ ਪੰਜਾਬ ਦੇ ਪੰਜਾਬ ਬਣਿਆ ਸੀ ਨਵਾਂ ਪੰਜਾਬ ਤਾਂ ਉਦੋਂ 11 ਜ਼ਿਲ੍ਹੇ ਸੀ ਉਸ ਦੇ ਵਿੱਚ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਪੰਜਾਬ ਦੀ ਵੰਡ ਪਿੱਛੋਂ 1947 ਤੋਂ 1953 ਤੱਕ ਪੰਜਾਬ ਦੀ ਰਾਜਧਾਨੀ ਕਿਹੜੀ ਰਹੀ ਹਾਂਜੀ ਜਦੋਂ ਪੰਜਾਬ ਦੀ ਵੰਡ ਹੋਈ ਸੀ 1947 ਵਿਲੇ ਤਾਂ ਉਸ ਸਮੇਂ ਪੰਜਾਬ ਦੀ ਰਾਜਧਾਨੀ 1953 ਤੱਕ ਕਿਹੜੀ ਰਹੀ ਸੀ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਊੜਾ Shimla Shimla ਠੀਕ ਹੈ ਇਹ ਤੁਸੀਂ ਯਾਦ ਰੱਖਣਾ ਤੇ Shimla ਹੁਣ ਕਿਸ ਦੀ ਕੈਪੀਟਲ ਆ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ ਕਿਉਂਕਿ ਬਹੁਤ ਵਾਰ ਮੈਂ ਕਰੰਟ ਅਫੇਅਰ ਦੇ ਵਿੱਚ ਕਰਵਾਉਣੀ ਆ ਨੈਕਸਟ ਕੁਐਸਚਨ ਇੰਨਾ ਵਿੱਚੋਂ ਕਿਹੜਾ ਦਰਿਆ ਜੋਕੇ ਪੰਜਾਬ ਵਿੱਚੋਂ ਨਹੀਂ ਲੰਘਦਾ ਹਾਂਜੀ ਕਿਹੜਾ ਦਰਿਆ ਵਾ ਜਿਹੜਾ ਅਯੋਕੇ ਪੰਜਾਬ ਦੇ ਵਿੱਚੋਂ ਨਹੀਂ ਲੰਘਦਾ ਵੇਰੀ ਵੈਰੀ ਇੰਪੋਰਟੈਂਟ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਈਡੀ ਰਾਵੀ ਰਾਵੀ ਦਰਿਆ ਵਾ ਜਿਹੜਾ ਉਹ ਜੋ ਕੇ ਪੰਜਾਬ ਦੇ ਵਿੱਚੋਂ ਨਹੀਂ ਲੰਘਦਾ অপਸ਼ਨ ਨੰਬਰ ਈਡੀ ਇਜ਼ ਦਾ ਰਾਈਟ ਆਨਸਰ ਪੰਜਾਬ ਦੇ ਵਿੱਚ ਚੰਬਾ ਬਾਰਡਰ ਤੇ ਚੌਧ ਪਿੰਡ ਵਿੱਚੋਂ ਨਿਕਲਦੀ ਆ ਠੀਕ ਹੈ ਦੱਖਣ ਹੁੰਦੀ ਆ ਪੰਜਾਬ ਦੇ ਵਿੱਚ ਚੰਬਾ ਬਾਰਡਰ ਤੇ ਚੌਧ ਪਿੰਡ ਵਿੱਚੋਂ ਤੇ ਨਿਕਲਦੀ ਕਿੱਥੋਂ ਆ ਹਿਮਾਚਲ ਪ੍ਰਦੇਸ਼ ਦੀਆਂ ਕੁੱਲੂ ਦੀਆਂ ਪਹਾੜੀਆਂ ਦੇ ਨੇੜੇ ਰੋਹਤਾਂਗ ਪਾਸ ਜੋ ਪੱਛਮ ਦੇ ਵੱਲੋਂ ਨਿਕਲਦੀ ਆ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਅਸੀਂ ਕਰਦੇ ਆ ਜੀ ਇਸ ਵੀਡੀਓ ਦਾ 15 ਨੰਬਰ ਪੰਜਾਬ ਦੇ ਦੱਖਣ ਵੱਲ ਨੂੰ ਕਿਹੜਾ ਰਾਜ ਆ ਹਾਂਜੀ ਪੰਜਾਬ ਦੇ ਦੱਖਣ ਵੱਲ ਨੂੰ ਕਿਹੜਾ ਰਾਜ ਆ हरियाणा ऑप्शन नंबर ई डी इज द राइट आंसर पंजाब ਦੇ ਦੱਖਣ ਵੱਲ ਨੂੰ ਹਰਿਆਣਾ ਮਾ ਹਰਿਆਣਾ ਦੀ ਕੈਪੀਟਲ ਕੀ ਹੈ ਚੰਡੀਗੜ੍ਹ ਨੈਕਸਟ ਕੁਐਸ਼ਨ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੇ ਸ਼ਬਦ ਸਲੋਕ ਸਵਈਏ ਆਦ ਹਨ ਤੇ ਮਹਾਨ ਕੋਸ਼ ਦੇ ਅਨੁਸਾਰ ਪੁੱਛੀ ਗਈ ਹੈ ਠੀਕ ਹੈ ਮਹਾਨ ਕੋਸ਼ ਦੇ ਅਨੁਸਾਰ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੇ ਸ਼ਬਦ ਸਲੋਕ ਸਵਈਏ ਹਨ ਤਾਂ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਆੜਾ 5867 ਨੈਕਸਟ ਕੁਐਸ਼ਨ ਪੈਪਸੂ ਰਾਜ ਵਿੱਚ ਮਿਲਾਈਆਂ ਗਈਆਂ ਰਿਆਸਤਾਂ ਦੀ ਕੁੱਲ ਗਿਣਤੀ ਕਿੰਨੀ ਸੀ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕੀ ਹਾਂ ਕਿ ਕਿੰਨੀ ਗਿਣਤੀ ਸੀ 3 ਸੈਕਿੰਡ ਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਸੈਂਡ ਕਰੋ ਹਾਂਜੀ ਪੈਪਸੂ ਰਾਜ ਦੇ ਵਿੱਚ ਜਿਹੜੀਆਂ ਮਿਲਾਈਆਂ ਗਈਆਂ ਰਿਆਸਤਾਂ ਆ ਉਨ੍ਹਾਂ ਦੀ ਟੋਟਲ ਗਿਣਤੀ ਕਿੰਨੀ ਸੀ 8 ਸੀ অপশন ਨੰਬਰ ਈਡੀ ਇਜ਼ ਦਾ রাইਟ ਆਨਸਰ ਕਿਹੜੀਆਂ-ਕਿਹੜੀਆਂ ਸੀ ਨਾਲਾਗੜ ਜਿਹੜੀ ਹਿੰਦੂ ਰਿਆਸਤ ਸੀ ਕਲਸੀਆ ਮਲੇਰਕੋਟਲਾ ਜਿਹੜੀ ਮੁਸਲਿਮ ਰਿਆਸਤ ਸੀ ਪਟਿਆਲਾ ਪੈਪਸੂ ਦੀ ਰਾਜਸਥਾਨੀ ਸੀ ਨਾਬਾ ਕਪੂਰਥਲਾ ਜੀਂਦ ਫਰੀਦਕੋਟ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਹਾਂਜੀ ਨੈਕਸਟ ਕੁਐਸਚਨ ਪੈਪਸੂ ਰਾਜ ਦੀ ਰਾਜਸਥਾਨੀ ਕਿਹੜੀ ਸੀ ਇਹ ਵੀ ਮੈਂ ਤੁਹਾਨੂੰ ਆਲਰੇਡੀ ਦੱਸ ਦਿੱਤਾ ਹੈ ਕਿ ਪੈਪਸੂ ਰਾਜ ਦੀ ਰਾਜਸਥਾਨੀ ਕਿਹੜੀ ਸੀ ਪੈਪਸੂ ਰਾਜ ਦੀ ਰਾਜਸਥਾਨੀ ਸੀਗੀ ਜੀ ਪਟਿਆਲਾ ਆਪਸ਼ਨ ਨੰਬਰ 82 ਕੋਲਿਸ਼ਨ ਦਾ ਰਾਈਟ ਆਨਸਰ ਹੈ ਵਿੱਚ 1955 ਦੇ ਵਿੱਚ ਮਿਲਾਇਆ ਗਿਆ ਸੀ ਤੇ ਇਹ ਪੈਪਸੂ ਰਾਜ ਦੇ ਪਹਿਲੇ ਰਾਜਪਰਮੁਖ ਦਾ ਨਾਮ ਕੀ ਸੀ ਮਹਾਰਾਜਾ ਜਦਵਿੰਦਰ ਸਿੰਘ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਤੇ ਪੈਪਸੂ ਵੈਸੇ ਬਣਿਆ ਕਦੋਂ ਸੀ ਇਹ ਤਾਂ ਤੁਹਾਨੂੰ ਸਭ ਹੀ ਦੱਸ ਦੇਣਗੇ ਕਿ ਪੈਪਸੂ ਨੂੰ ਕਦੋਂ ਮਿਲਾਇਆ ਗਿਆ ਸੀ ਅਸੀਂ ਮੋਸਟਰੀ ਦੇਖ ਕੇ ਆ ਠੀਕ ਹੈ ਪਰ ਪੈਪਸੂ ਦਾ ਉਦਘਾਟਨ ਕਦੋਂ ਹੋਇਆ ਸੀ 15 ਜੁਲਾਈ 1947 ਨੂੰ ਹੋਇਆ ਸੀ ਤੇ 1956 ਦੇ ਵਿੱਚ ਪੰਜਾਬ ਦੇ ਵਿੱਚ ਮਿਲ ਗਿਆ ਠੀਕ ਹੈ ਤੇ ਕੀਤਾ ਕਿਸ ਨੇ ਸੀ ਉਦਘਾਟਨ ਸਰਦਾਰ ਵੱਲਭ ਭਾਈ ਪਟੇਲ ਨੇ ਇਹ ਵੀ ਤੁਸੀਂ ਯਾਦ ਰੱਖਣਾ ਤੇ ਅਸੀਂ ਗੱਲ ਕੀਤੀ ਇੱਥੇ ਪਟਿਆਲਾ ਦੀ ਪਟਿਆਲਾ ਦੀ ਸਥਾਪਨਾ ਕਿਸ ਨੇ ਕੀਤੀ ਸੀ ਬਾਬਾ ਆਲਾ ਨੇ ਕੀਤੀ ਸੀ ਕਦੋਂ ਕੀਤੀ ਸੀ 1763 ਦੇ ਵਿੱਚ ਕੀਤੀ ਸੀ ਇਹ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਪੰਜਾਬ ਦਾ ਖੇਤਰਫਲ ਭਾਰਤ ਦੇ ਕੁੱਲ ਖੇਤਰਫਲ ਦਾ ਕਿੰਨੇ ਪ੍ਰਤੀਸ਼ਤ ਹੈ ਹਾਂਜੀ ਪੰਜਾਬ ਦਾ ਖੇਤਰਫਲ ਕਿੰਨਾ ਹੈ ਪਹਿਲਾਂ ਤਾਂ ਇਹ ਦੱਸੋ ਅਸੀਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ ਕਿ 50362 ਵਰਗ ਕਿਲੋਮੀਟਰ ਆ ਠੀਕ ਹੈ ਤੇ ਭਾਰਤ ਦੇ ਖੇਤਰਫਲ ਦਾ ਕਿੰਨੇ ਪ੍ਰਤੀਸ਼ਤ ਬਣਦਾ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਊੜਾ 1.56% ਆ ਭਾਰਤ ਦੇ ਖੇਤਰਫਲ ਦਾ ਪੰਜਾਬ ਦਾ ਖੇਤਰਫਲ ਤੇ ਭਾਰਤ ਦਾ ਖੇਤਰਫਲ ਕਿੰਨਾ ਹੈ 32 ਲੱਖ 87263 ਵਰਗ ਕਿਲੋਮੀਟਰ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਹਾਂਜੀ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਦਰਿਆ ਸਤਲੂਜ ਅਤੇ ਵਿਆਸ ਵਿਚਕਾਰ ਸਥਿਤ ਤਿਕੋਣੀ ਖੇਤਰ ਨੂੰ ਕੀ ਕਿਹਾ ਜਾਂਦਾ ਹਾਂਜੀ ਸਤਲੂਜ ਦੇ ਦਰਿਆ ਤੇ ਵਿਆਸ ਦੇ ਵਿਚਕਾਰ ਜਿਹੜਾ ਤਿਕੋਣਾ ਖੇਤਰ ਬਣਦਾ ਵਾ ਉਸ ਨੂੰ ਕੀ ਕਿਹਾ ਜਾਂਦਾ ਤਾਂ ਉਸ ਨੂੰ ਕਿਹਾ ਜਾਂਦਾ ਵਾ ਜੀ ਆਪਸ਼ਨ ਨੰਬਰ ਈਡੀ ਦੁਆਬਾ ਆਪਸ਼ਨ ਨੰਬਰ ਈਡੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਠੀਕ ਹੈ ਜੀ ਜਿਹੜਾ ਸਤਲੂਜ ਆ ਸਤਲੁਜ ਅਤੇ ਬਿਆਸ ਦਾ ਵਿੱਚ ਘਾਰਲਾ ਹਿੱਸਾ ਵਾ ਉਸ ਨੂੰ ਕੀ ਬੋਲਿਆ ਜਾਂਦਾ ਦੋਬਾਬਾ ਦੋਬਾਬੇ ਦੇ ਵਿੱਚ ਚਾਰ ਜ਼ਿਲ੍ਹੇ ਆਉਂਦੇ ਆ ਹੁਸ਼ਿਆਰਪੁਰ ਕਪੂਰਥਰਾ ਜਲੰਧਰ ਤੇ ਨਵਾਂ ਸ਼ਹਿਰ ਠੀਕ ਹੈ ਜੇ ਅਗਲ ਕਰਾਂ ਸੀ ਗੱਲ ਕਰੀਏ ਰਾਵੀ ਅਤੇ ਬਿਆਸ ਦੀ ਜੋ ਰਾਵੀ ਅਤੇ ਬਿਆਸ ਦੇ ਵਿੱਚਕਾਰ ਸਥਿਤਾ ਉਸ ਨੂੰ ਅਸੀਂ ਮਾਝਾ ਬੋਲਦੇ ਆ ਮਾਝੇ ਦੇ ਅੰਦਰ ਵੀ ਚਾਰ ਜ਼ਿਲ੍ਹੇ ਹੀ ਆਉਂਦੇ ਆ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਤੇ ਬਾਕੀ ਦੇ ਬਚਦੇ ਜ਼ਿਲ੍ਹੇ ਮਾਲਵਾ ਖੇਤਰ ਦੇ ਵਿੱਚ ਆਉਂਦੇ ਆ ਮਾਲਵਾ ਖੇਤਰ ਕਿੱਥੇ ਸਥਿਤਤਾ ਸਤਲੁਜ ਦਰਿਆ ਦੇ ਹੇਠਾਂ ਪੰਜਾਬ ਦਾ ਦੱਖਣੀ ਹਿੱਸਾ ਹੁੰਦਾ ਵਾ ਮਾਲਵੇ ਦੇ ਵਿੱਚ ਜਿਸ ਦੇ ਵਿੱਚ 14 ਜ਼ਿਲ੍ਹੇ ਆ ਤੇ ਹੁਣ ਤਾਂ 15 ਹੋ ਗਏ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਬਾਕੀ ਦੇ ਬਚੇ ਜ਼ਿਲ੍ਹੇ ਇਸ ਦੇ ਅੰਡਰ ਹੀ ਆਉਂਦੇ ਆ ਨੈਕਸਟ ਕੁਐਸਚਨ ਇਹਨਾਂ ਵਿੱਚੋਂ ਕਿਹੜਾ ਜ਼ਿਲ੍ਹਾ ਦੁਆਬਾ ਖੇਤਰ ਵਿੱਚ ਨਹੀਂ ਹੈ ਹਾਂਜੀ ਦੁਆਬਾ ਖੇਤਰ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਆਉਂਦੇ ਆ ਹੁਸ਼ਿਆਰਪੁਰ ਕਪੂਰਥਾ ਜ਼ਿਲੰਦਰ ਤੇ ਨਮਾ ਸ਼ਹਿਰ ਤੇ ਫਿਰ ਇਹਨਾਂ ਦੇ ਵਿੱਚੋਂ ਕਿਹੜਾ ਸ਼ਹਿਰ ਆ ਜਿਹੜਾ ਦੁਆਬੇ ਦੇ ਵਿੱਚ ਨਹੀਂ ਪੈਂਦਾ ਆਪਸ਼ਨ ਨੰਬਰ ਰਾਈਟ ਆਨਸਰ ਹੈ ਊੜਾ ਉੜਾਵਾ ਜੋ ਉਹ ਦਬਾਬੇ ਦੇ ਵਿੱਚ ਨਹੀਂ ਪੈਂਦਾ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਪੰਜਾਬ ਵਿੱਚ ਕਿਹੜਾ ਖੇਤਰ ਦਰਿਆ ਰਾਵੀ ਦੇ ਬਿਆਸ ਦੇ ਵਿੱਚ ਘਾਰ ਆਉਂਦਾ ਹੈ ਹਾਂਜੀ ਪੰਜਾਬ ਦੇ ਵਿੱਚ ਕਿਹੜਾ ਖੇਤਰ ਹੈ ਜਿਹੜਾ ਰਾਵੀ ਤੇ ਬਿਆਸ ਦੇ ਯਾਦ ਦੇ ਵਿੱਚ ਘਾਰ ਪੈਂਦਾ ਵਾ ਰਾਵੀ ਤੇ ਬਿਆਸ ਦਰਿਆ ਦੇ ਵਿੱਚ ਘਾਰ ਪੈਂਦਾ ਵਾ ਮਾਝਾ ਖੇਤਰ ਆਪਸ਼ਨ ਨੰਬਰ ਊੜਾ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਤੇ ਰਾਵੀ ਦੇ ਵਿੱਚ ਕਿੰਨੇ ਜ਼ਿਲ੍ਹੇ ਮਾਝੇ ਦੇ ਵਿੱਚ ਮਾਝੇ ਖੇਤਰ ਦੇ ਵਿੱਚ ਜ਼ਿਲ੍ਹੇ ਕਿੰਨੇ ਹੁੰਦੇ ਆ 4 ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਨੈਕਸਟ ਕੁਐਸ਼ਨ ਹਾਂਜੀ ਸਤਲੁਜ ਦੇ ਦੱਖਣ ਅਤੇ ਦੱਖਣ ਪੱਛਮੀ ਇਲਾਕੇ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਮੈਂ ਆਲਰੇਡੀ ਤੁਹਾਨੂੰ ਦੱਸਿਆ ਸੀ ਸਤਲੁਜ ਦੇ ਦੱਖਣੀ ਅਤੇ ਦੱਖਣ ਪੱਛਮੀ ਇਲਾਕੇ ਨੂੰ ਕਿਹਾ ਜਾਂਦਾ ਹੈ ਮਾਲਵਾ ਆਪਸ਼ਨ ਨੰਬਰ ਈਡੀ ਇਜ਼ ਦਾ ਰਾਈਟ ਆਨਸਰ ਮਾਲਵਾ ਸਤਲੁਜ ਦਰਿਆ ਦੇ ਹੇਠਾਂ ਵੱਲ ਨੂੰ ਠੀਕ ਹੈ ਤੇ ਪੰਜਾਬ ਦਾ ਦੱਖਣੀ ਹਿੱਸਾ ਵੈਸੇ ਦੇ ਵਿੱਚ ਤੇ ਇਸ ਦੇ ਵਿੱਚ ਕਿੰਨੇ ਜ਼ਿਲ੍ਹੇ ਆਉਂਦੇ ਆ ਬਾਕੀ ਦੇ ਜੋ ਜਿੰਨੇ ਵੀ ਜ਼ਿਲ੍ਹੇ ਬਚਦੇ ਆ ਸਾਰੇ ਮਾਲਵਾ ਦੇ ਅੰਡਰ ਹੀ ਹੁੰਦੇ ਆ ਠੀਕ ਹੈ ਜੀ ਨੈਕਸਟ ਕੁਐਸਚਨ ਪੰਜਾਬ ਦੇਸ਼ ਦੇ ਅੰਨ ਭੰਡਾਰ ਵਿੱਚ ਕਿੰਨੇ ਪ੍ਰਤੀਸ਼ਤ ਕਣਕ ਦਾ ਯੋਗਦਾਨ ਦਿੰਦਾ ਹੈ ਹਾਂਜੀ ਪੰਜਾਬ ਦੇਸ਼ ਦੇ ਅੰਨ ਭੰਡਾਰ ਦੇ ਵਿੱਚ ਟੋਟਲ 20% ਕਣਕ ਦਾ ਯੋਗਦਾਨ ਦਿੰਦਾ ਹੈ ਆਪਸ਼ਨ ਨੰਬਰ ਊੜਾ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਇਹਨਾਂ ਵਿੱਚੋਂ ਪੰਜਾਬ ਦਾ ਸਭ ਤੋਂ ਵੱਡਾ ਦਰਿਆ ਕਿਹੜਾ ਹੈ ਹਾਂਜੀ ਸਭ ਤੋਂ ਵੱਡਾ ਦਰਿਆ ਹੈ ਸਤਲੁਜ অপਸ਼ਨ ਨੰਬਰ ਈ ਹੈ ਰਾਈਟ ਆਨਸਰ ਤੇ ਸਭ ਤੋਂ ਛੋਟਾ ਜੇ ਪੁੱਛ ਲਿਆ ਜਾਵੇ ਤਾਂ ਉਹ ਹੈ রাਵੀ ਠੀਕ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਸਭ ਤੋਂ ਵੱਡਾ ਦਰਿਆ ਕਿਹੜਾ ਵਾ ਸਤਲੁਜ ਤੇ ਛੋਟਾ ਵਾ রাਵੀ ਨੈਕਸਟ ਕੁਐਸ਼ਨ ਇਹਨਾਂ ਵਿੱਚੋਂ ਪੰਜਾਬ ਦਾ ਦੁਆਬਾ ਖੇਤਰ ਕਿਹੜੇ ਕਿਹੜੇ ਦਰਿਆਵਾਂ ਵਿੱਚ ਘਾਰ ਆਉਂਦਾ ਹੈ ਹਾਂਜੀ ਪੰਜਾਬ ਦਾ ਦੁਆਬਾ ਖੇਤਰ ਜਿਹੜਾ ਕਿ ਮੈਂ ਤੁਹਾਨੂੰ ਰੀਸੈਂਟਲੀ ਦੱਸਿਆ ਕਿ ਵਿਆਸ ਅਤੇ ਸਤਲੁਜ ਦਰਿਆ ਦੇ ਵਿੱਚ ਘਾਰ ਆਉਂਦਾ ਹੈ ਤਾਂ অপਸ਼ਨ ਨੰਬਰ 8 ਹੈ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਧਰਾਤਲ ਅਨੁਸਾਰ ਪੰਜਾਬ ਦੀ ਧਰਤੀ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ ਹਾਂਜੀ ਧਰਾਤਲ ਅਨੁਸਾਰ ਪੰਜਾਬ ਦੀ ਧਰਤੀ ਨੂੰ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਆਪਸ਼ਨ ਨੰਬਰ ਈਡੀਐਸ ਕੁਐਸ਼ਨ ਦਾ ਰਾਈਟ ਆਨਸਰ ਹੈ ਪੰਜਾਬ ਅਸੀਂ ਗੱਲ ਕੀਤੀ ਹੈ ਪੰਜਾਬ ਦੀ ਧਰਤੀ ਨੂੰ ਧਰਾਤਲ ਦੇ ਅਨੁਸਾਰ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਤੇ ਕਿਹੜੇ-ਕਿਹੜੇ ਤਿੰਨ ਭਾਗ ਨੇ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ ਜੇਕਰ ਨਾ ਪਤਾ ਲੱਗੇ ਤਾਂ ਅਸੀਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰ ਲਵਾਂਗੇ ਨੈਕਸਟ ਕੁਐਸ਼ਨ ਪੰਜਾਬ ਤਕਰੀਬਨ ਮਿਲਾ ਕੇ ਦੁਨੀਆ ਦੇ ਕਿੰਨੇ ਫਸੀਦੀ ਕਣਕ ਅਤੇ ਚਾਵਲ ਪੈਦਾ ਕਰਦਾ ਹੈ ਹਾਂਜੀ ਪੰਜਾਬ ਕੁੱਲ ਮਿਲਾ ਕੇ ਦੁਨੀਆ ਦੇ ਟੋਟਲ 3.3% ਫਸੀਦੀ ਹੈ ਜਿਹੜੀ ਉਹ ਕਣਕ ਅਤੇ ਚਾਵਲ ਪੈਦਾ ਕਰਦਾ ਹੈ ਆਪਸ਼ਨ ਨੰਬਰ 6 ਸਹੀ ਹੈ ਰਾਈਟ ਆਨਸਰ ਨੈਕਸਟ ਕੁਐਸ਼ਨ 2011 ਦੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਸਭ ਤੋਂ ਵੱਧ ਕਣਤਾ ਵਾਲਾ ਜ਼ਿਲ੍ਹਾ ਕਿਹੜਾ ਹੈ ਹਾਂਜੀ 2011 ਦੀ ਜਨਗਣਨਾ ਦੇ ਅਕੋਰਡਿੰਗ ਜਨਗਣਨਾ ਮੈਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਕਰਵਾਈ ਹੋਈ ਹੈ ਇੰਡੀਆ ਦੀ ਵੀ ਤੇ ਪੰਜਾਬ ਦੀ ਵੀ ਸਿਰਫ ਇੱਕ ਹੀ ਵੀਡੀਓ ਦੇ ਵਿੱਚੋਂ ਤੁਸੀਂ ਉਹਨੂੰ ਵੀ ਦੇਖ ਸਕਦੇ ਹੋ ਠੀਕ ਹੈ ਹਰ ਇੱਕ ਪੇਪਰ ਦੇ ਲਈ ਇੰਪੋਰਟੈਂਟ ਆ ਤੁਹਾਡੇ ਲਈ 2011 ਦੀ ਜਨਗਣਨਾ ਅਨੁਸਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਘਣਤਾ ਵਾਲਾ ਜ਼ਿਲ੍ਹਾ ਹੈ ਲੁਧਿਆਣਾ ਆਪਸ਼ਨ ਨੰਬਰ 8 ਦਾ ਰਾਈਟ ਆਨਸਰ ਹੈ ਕਿਹੜਾ ਜ਼ਿਲ੍ਹਾ ਹੈ ਲੁਧਿਆਣਾ ਹੈ ਤੁਸੀਂ ਯਾਦ ਰੱਖਣਾ ਠੀਕ ਹੈ ਜੀ ਅਸੀਂ ਕਰਦੇ ਹਾਂ ਪੰਜਾਬ ਭਾਰਤ ਦੀ ਕਿਸ ਦਿਸ਼ਾ ਵਿੱਚ ਆਉਂਦਾ ਹੈ ਵੈਰੀ ਵੈਰੀ ਇੰਪੋਰਟੈਂਟ ਹਾਂਜੀ ਪੰਜਾਬ ਭਾਰਤ ਦੀ ਉੱਤਰ ਪੱਛਮ ਦਿਸ਼ਾ ਦੇ ਵਿੱਚ ਆਉਂਦਾ ਹੈ ਆਪਸ਼ਨ ਨੰਬਰ ੜਾ ਇਜ਼ ਦਾ ਰਾਈਟ ਆਂਸਰ ਉੱਤਰ ਪੱਛਮ ਨੈਕਸਟ ਕੁਐਸ਼ਨ 2011 ਦੀ ਜਾਣਕਾਰੀ ਅਨੁਸਾਰ ਪੰਜਾਬ ਦਾ ਸਭ ਤੋਂ ਘੱਟ ਕੰਤਾ ਵਾਲਾ ਜ਼ਿਲ੍ਹਾ ਕਿਹੜਾ ਹੈ ਹਾਂਜੀ ਵੱਧ ਵਾਲਾ ਤਾਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਲੁਧਿਆਣਾ ਹੈ ਸਭ ਤੋਂ ਘੱਟ ਕੰਤਾ ਵਾਲਾ ਜ਼ਿਲ੍ਹਾ ਕਿਹੜਾ ਹੈ ਮਾਨਸਾ ਆਪਸ਼ਨ ਨੰਬਰ ਊੜਾ ਇਸ ਕੁਐਸ਼ਨ ਦਾ ਰਾਈਟ ਆਂਸਰ ਹੈ ਨੈਕਸਟ 2011 ਦੀ ਜਨਗਣਨਾ ਅਨੁਸਾਰ ਪੰਜਾਬ ਵਿੱਚ ਸਭ ਤੋਂ ਵੱਧ ਜਨਸੰਖਿਆ ਵਾਲਾ ਜ਼ਿਲ੍ਹਾ ਕਿਹੜਾ ਹੈ ਹਾਂਜੀ ਜਨਸੰਖਿਆ ਵਾਲਾ ਜ਼ਿਲ੍ਹਾ ਸਭ ਤੋਂ ਵੱਧ ਕਣਪਲਾ ਜ਼ਿਲ੍ਹਾ ਸਭ ਤੋਂ ਵੱਧ ਜਨਸੰਖਿਆ ਵਾਲਾ ਜ਼ਿਲ੍ਹਾ ਲੁਧਿਆਣਾ ਹੀ ਹੈ অপশন নাম্বার উ ডাই স্কোয়ার क्वेश्चन ਦਾ রাইট ਆਨਸਰ ਹੈ ਨੈਕਸਟ ਕੁਐਸ਼ਨ ਪੰਜਾਬ ਦਾ ਇਕੋ ਇੱਕ ਅੰਤਰਰਾਸ਼ਟਰੀ ਹਵਾਈ ਅੱਡਾ ਕਿੱਥੇ ਸਥਿਤ ਹੈ ਹਾਂਜੀ ਪੰਜਾਬ ਦਾ ਇਕੋ ਇੱਕ ਅੰਤਰਰਾਸ਼ਟਰੀ ਹਵਾਈ ਅੱਡਾ ਜਿਹੜਾ ਕਿ ਅੰਮ੍ਰਿਤਸਰ ਦੇ ਨੀਅਰ ਆ ਰਾਜਾ ਜੰ ਆ ਰਾਜਾ ਸੰਸੀ ਹਵਾਈ ਅੱਡਾ ਹੈ ਠੀਕ ਹੈ অপশন ਨੰਬਰ ਆ ਡਾਈ ਸਕোয়ার क्वेश्चन ਦਾ রাইਟ ਆਨਸਰ ਹੈ ਠੀਕ ਹੈ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਪੰਜਾਬ ਦਾ ਕਿਹੜਾ ਸ਼ਹਿਰ ਕੱਪੜਾ ਉਦਯੋਗ ਲਈ ਜਾਣਿਆ ਜਾਂਦਾ ਹੈ ਹਾਂਜੀ ਪੰਜਾਬ ਦਾ ਕਿਹੜਾ ਸਹਿਰ ਆ ਜਿਹੜਾ ਕੱਪੜੇ ਦੇ ਉਦਯੋਗ ਦੇ ਲਈ ਫੇਮਸ ਆ ਲੁਧਿਆਣਾ ਲੁਧਿਆਣਾ ਅੰਮ੍ਰਿਤਸਰ ਤੇ ਫਗਵਾੜਾ ਇਹ ਕੱਪੜੇ ਦੇ ਲਈ ਫੇਮਸ ਆ ਆਪਸ਼ਨ ਨੰਬਰ ਸ ਸੈਸ ਕੋਲਿਸ਼ਨ ਦਾ ਰਾਈਟ ਆਨਸਰ ਆ ਕਿ ਉੱਪਰਲੇ ਸਾਰੇ ਹੀ ਉੱਪਰਲੇ ਸਾਰੇ ਜ਼ਿਲ੍ਹੇ ਹੀ ਜਿਹੜੇ ਆ ਉਹ ਕੱਪੜਾ ਉਦਯੋਗ ਦੇ ਲਈ ਫੇਮਸ ਆ ਕੱਪੜਾ ਉਦਯੋਗ ਲਈ ਜਾਣੀ ਜਾਂਦੀ ਆ ਹਾਂਜੀ ਨੈਕਸਟ ਕੁਐਸਚਨ ਇਸ ਸਹਿਰ ਨੂੰ ਪੰਜਾਬ ਦਾ ਮਾਂਚੈਸਟਰ ਹੋਣ ਦਾ ਮਾਣ ਪ੍ਰਾਪਤ ਹਾਂਜੀ ਕਿਹੜੇ ਸਹਿਰ ਨੂੰ ਪੰਜਾਬ ਦਾ ਮਾਂਚੈਸਟਰ ਕਿਹਾ ਜਾਂਦਾ ਹੈ ਜਿਵੇਂ ਕਿ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਕਿਹੜਾ ਸਹਿਰ ਹੈ ਇਸ ਦੇ ਵਿੱਚ ਜਿਸ ਨੂੰ ਪੰਜਾਬ ਦਾ ਮਾਂਚੈਸਟਰ ਕਿਹਾ ਜਾਂਦਾ ਹੈ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਆੜਾ ਪਟਿਆਲਾ ਲੁਧਿਆਣੇ ਨੂੰ ਨੈਕਸਟ ਕੁਐਸਚਨ ਹਾਂਜੀ ਨੈਕਸਟ ਪੰਜਾਬ ਦੀ ਪੂਰਬੀ ਹੋਂਦ ਨੂੰ ਕਿਹੜਾ ਰਾਜ਼ ਲੱਗਦਾ ਹੈ ਹਾਂਜੀ ਪੰਜਾਬ ਦੀ ਪੂਰਬੀ ਹੋਂਦ ਨੂੰ ਕਿਹੜਾ ਰਾਜ਼ ਲੱਗਦਾ ਹੈ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਈਡੀ ਹਿਮਾਚਲ ਪ੍ਰਦੇਸ਼ ਪੰਜਾਬ ਦੀ ਪੂਰਵੀ ਹੋਂਦ ਨੂੰ ਹਿਮਾਚਲ ਪ੍ਰਦੇਸ਼ ਰਾਜ ਲੱਗਦਾ ਆਪਸ਼ਨ ਨੰਬਰ ਈਡੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਪੰਜਾਬ ਦੇ ਉੱਤਰ ਵੱਲ ਕਿਹੜਾ ਰਾਜ ਹੈ ਹਾਂਜੀ ਪੰਜਾਬ ਦੇ ਉੱਤਰ ਵੱਲ ਕਿਹੜਾ ਰਾਜ ਹੈ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਈਡੀ ਜੰਮੂ ਕਸ਼ਮੀਰ ਉੱਤਰ ਵੱਲ ਜੰਮੂ ਕਸ਼ਮੀਰ ਆ ਠੀਕ ਹੈ ਪੂਰਵੀ ਹੱਦ ਵੱਲ ਹਿਮਾਚਲ ਪ੍ਰਦੇਸ਼ ਆ ਨੈਕਸਟ ਰਣਜੀਤ ਸਾਗਰ ਹਾਂਜੀ ਸੌਰੀ ਇੱਥੇ ਡੈਮ ਆਉਣਾ ਠੀਕ ਹੈ ਰਣਜੀਤ ਸਾਗਰ ਡੈਮ ਇਨ੍ਹਾਂ ਵਿੱਚੋਂ ਕਿਸ ਦਰਿਆ ਉੱਪਰ ਬਣਾਇਆ ਗਿਆ ਹੈ ਹਾਂਜੀ ਰਣਜੀਤ ਸਾਗਰ ਡੈਮ ਸਾਨੂੰ ਸਭ ਨੂੰ ਹੀ ਪਤਾ ਵਾ ਇੰਪੋਰਟੈਂਟ ਆ ਮੈਂ ਬਹੁਤ ਵਾਰ ਕਰਵਾਇਆ ਵੀ ਆ ਰਣਜੀਤ ਸਾਗਰ ਡੈਮ ਇਨ੍ਹਾਂ ਦੇ ਵਿੱਚੋਂ ਰਾਵੀ ਦਰਿਆ ਤੇ ਬਣਿਆ ਹੋਇਆ ਹੈ ਆਪਸ਼ਨ ਨੰਬਰ ਊੜਾ ਇਸ ਕੁਐਸ਼ਨ ਦਾ ਰਾਈਟ ਆਂਸਰ ਹੈ ਨੈਕਸਟ ਉੱਪਰਵਾਰੀ ਦਬਾਬ ਨਹਿਰ ਇਨ੍ਹਾਂ ਵਿੱਚੋਂ ਕਿਸ ਦਰਿਆ ਵਿੱਚੋਂ ਕੱਢੀ ਗਈ ਹੈ ਉੱਪਰਵਾਰੀ ਦਬਾਬ ਨਹਿਰ ਇਨ੍ਹਾਂ ਦੇ ਵਿੱਚੋਂ ਰਾਵੀ ਦਰਿਆ ਦੇ ਵਿੱਚੋਂ ਕੱਢੀ ਗਈ ਆ ऑप्शन नंबर आ इज द राइट आंसर नेक्स्ट क्वेश्चन पंजाब ਵਿੱਚ ਚਾਲੂ ਤਾਪ ਬਿਜਲੀ ਘਰਾਂ ਦੀ ਕੁੱਲ ਕਿੰਨੀ ਗਿਣਤੀ ਹੈ ਹਾਂਜੀ ਪੰਜਾਬ ਦੇ ਵਿੱਚ ਚਾਲੂ ਤਾਪ ਬਿਜਲੀ ਘਰਾਂ ਦੀ ਕੁੱਲ ਗਿਣਤੀ 3 ਆ ਆਪਸ਼ਨ ਨੰਬਰ ਈਡੀਐਸ ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਗੁਰੂ ਹਰਗੋਬਿੰਦ ਤਾਪ ਬਿਜਲੀ ਘਰ ਕਿੱਥੇ ਸਥਿਤ ਹੈ ਹਾਂਜੀ ਗੁਰੂ ਹਰਗੋਬਿੰਦ ਤਾਪ ਬਿਜਲੀ ਘਰ ਕਿੱਥੇ ਸਥਿਤ ਹੈ ਲਹਿਰਾ ਮੁਹੱਬਤ ਦੇ ਵਿੱਚ ਆਪਸ਼ਨ ਨੰਬਰ ਆਡਾ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਆਨੰਤਪੁਰ ਸਾਹਿਬ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ ਹਾਂਜੀ ਆਨੰਤਪੁਰ ਸਾਹਿਬ ਕਿਸ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਰੂਪਨਗਰ ਦੇ ਵਿੱਚ ਆਪਸ਼ਨ ਨੰਬਰ ਅ ਹੈ ਇਸਰ ਰਾਈਟ ਆਨਸਰ ਤੇ ਆਨੰਤਪੁਰ ਸ਼ਹਿਰ ਦੀ ਸਥਾਪਨਾ ਕਿਸ ਨੇ ਕੀਤੀ ਸੀ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੀਤੀ ਸੀ ਤੇ ਆਨੰਤਪੁਰ ਸ਼ਹਿਰ ਦਾ ਪੁਰਾਣਾ ਨਾਮ ਕੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ ਨੈਕਸਟ ਕੁਐਸ਼ਨ ਗਨੋਬ ਤੇ ਪੰਜਾਬ ਕਿੱਥੇ ਸਥਿਤ ਹੈ ਹਾਂਜੀ ਗਨੋਬ ਦੀ ਜੇ ਅਸੀਂ ਗੱਲ ਕਰੀਏ ਤਾਂ ਗਨੋਬ ਤੇ ਪੰਜਾਬ ਕਿੱਥੇ ਸਥਿਤਾਂ ਗਲੋਥੀ ਪੰਜਾਬ 73 ਡਿਗਰੀ 55 ਤੋਂ 76 ਡਿਗਰੀ 50 ਪੂਰਵੀ ਲੰਬਕਾਰ ਦੇ ਵੱਲ ਸਥਿਤ ਆਪਸ਼ਨ ਨੰਬਰ E ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਇਹਨਾਂ ਵਿੱਚੋਂ ਕਿਹੜੀ ਹਾੜੀ ਦੀ ਫਸਲ ਨਹੀਂ ਹੈ ਹਾਂਜੀ ਇਹਨਾਂ ਦੇ ਵਿੱਚੋਂ ਹਾੜੀ ਦੀ ਫਸਲ ਕਿਹੜੀ ਹੈ ਜਿਹੜੀ ਨਹੀਂ ਗਈ ਝੋਨਾ ਝੋਨਾ ਹਾੜੀ ਦੀ ਫਸਲ ਨਹੀਂ ਹੈਗੀ ਆਪਸ਼ਨ ਨੰਬਰ E ਇਜ਼ ਦਾ ਰਾਈਟ ਆਨਸਰ ਨੈਕਸਟ ਇਹਨਾਂ ਵਿੱਚੋਂ ਕਿਹੜੀ ਸੌਣੀ ਦੀ ਫਸਲ ਨਹੀਂ ਹੈ ਜੀ ਹਾਂਜੀ ਜਿਹੜੀ ਦੇਖੋ ਸੌਣ ਹਾੜੀ ਦੀਆਂ ਫਸਲਾਂ ਉਹ ਹੈਗੀਆਂ ਕਣਕ, ਛੋਲਿ ਤੇ ਜੋ ਠੀਕ ਹੈ ਤੇ ਇਹਨਾਂ ਵਿੱਚੋਂ ਸੌਣੀ ਦੀ ਫਸਲ ਆ ਜਿਹੜੀ ਉਹਨੇ ਪੁੱਛਿਆ ਵੀ ਕਿਹੜੀ ਨਹੀਂਗੀ ਪਹਿਲਾਂ ਅਸੀਂ ਦੇਖ ਲੈਂਦੇ ਹਾਂ ਸੌਣੀ ਦੀਆਂ ਫਸਲਾਂ ਹੈ ਕਿਹੜੀਆਂ ਕਿਹੜੀਆਂ ਮੱਕੀ, ਬਾਜਰਾ ਤੇ ਮੂੰਗਫਲੀ ਬਚ ਕਿਹੜੀ ਗਈ ਸਾਰੋਂ অপਸ਼ਨ ਨੰਬਰ 6 ਐ ਸਕੁਆਇਰਿਸ਼ ਉਹਦਾ ਰਾਈਟ ਆਨਸਰ ਆ ਨੈਕਸਟ ਇਹਨਾਂ ਵਿੱਚੋਂ ਕਿਹੜੀ ਪੰਜਾਬ ਦੀ ਨਕਦ ਦੀ ਫਸਲ ਹੈ ਜਾਨੀ ਕਿ ਕੈਸ਼ ਕ੍ਰੋਪ ਆ ਹਾਂਜੀ ਇਹਨਾਂ ਵਿੱਚੋਂ ਕਿਹੜੀ ਪੰਜਾਬ ਦੀ ਨਗਦ ਦੀ ਫਸਲ ਆ ਗੰਨਾ অপশন নাম্বার 2a इज द राइट आंसर नेक्स्ट क्वेश्चन जनसखियां पखों पंजाब भारत दा डैश राज है जनसखियां पखों पंजाब भारत दा 15वा राज है ऑप्शन नंबर 1a इज द राइट आंसर नेक्स्ट क्षेत्रफल पखों पंजाब भारत दा डैश राज है हां जी जनसखियां पखों ਪੰਜਾਬ ਦਾ ਪੰਜਾਬ ਹੈ ਜਿਹੜਾ ਉਹ ਭਾਰਤ ਦਾ 15ਵਾਂ ਰਾਜ ਆ ਪਰ ਖੇਤਰਫਲ ਦੇ ਪੱਖੋਂ ਪੰਜਾਬ ਭਾਰਤ ਦਾ 19ਵਾਂ ਰਾਜ ਹੈ অপਸ਼ਨ ਨੰਬਰ 3 ਇਸ ਦਾ ਰਾਈਟ ਆਨਸਰ ਹੈ ਨੈਕਸਟ ਪੰਜਾਬ ਦੀ ਕਿਹੜੀ ਨਹਿਰ ਬਿਆਸ ਅਤੇ ਸਤਲੁਜ ਦੇ ਵਿਚਕਾਰਲੇ ਇਲਾਕੇ ਦੀ ਸਿੰਚਾਈ ਕਰਦੀ ਹੈ ਹਾਂਜੀ ਪੰਜਾਬ ਦੀ ਕਿਹੜੀ ਨਹਿਰ ਆ ਜਿਹੜੀ ਬਿਆਸ ਅਤੇ ਸਤਲੁਜ ਦੇ ਵਿਚਕਾਰਲੇ ਇਲਾਕੇ ਦੀ ਸਿੰਚਾਈ ਕਰਦੀ ਆ ਵਿਅਸਤ ਦੁਆਬ ਨਹਿਰ অপਸ਼ਨ ਨੰਬਰ 4 ਸਸ ਸਾਈਜ਼ ਪੋਜੀਸ਼ਨ ਦਾ ਰਾਈਟ ਆਨਸਰ ਹੈ ਨੈਕਸਟ ਅਸੀਂ ਇਸ ਵੀਡੀਓ ਦਾ ਲਾਸਟ ਪੋਜੀਸ਼ਨ ਕਰਦੇ ਹਾਂ ਪੰਜਾਬ ਵਿੱਚ ਮੱਧ ਦੇ ਮੈਦਾਨ ਦੀ ਮਿੱਟੀ ਨੂੰ ਕੀ ਨਾਮ ਦਿੱਤਾ ਗਿਆ ਸੀ ਹਾਂਜੀ ਪੰਜਾਬ ਵਿੱਚ ਮੱਧ ਦੇ ਮੈਦਾਨ ਦੀ ਮਿੱਟੀ ਨੂੰ ਕਿਹੜਾ ਨਾਮ ਦਿੱਤਾ ਗਿਆ ਜੁਲਾਰਡ ਮਿੱਟੀ ਦਾ ਨਾਮ ਆਪਸ਼ਨ ਨੰਬਰ 1 ਇਸ ਦਾ ਰਾਈਟ ਆਨਸਰ ਹੈ हां जी ਇਸ ਦੇ ਨਾਲ ਹੀ ਸਾਡੀ ਅੱਜ ਦੀ ਯੂਕ ਖਤਮ ਹੁੰਦੀ ਆ ਤੇ ਇਸ ਵੀਡੀਓ ਦੇ ਵਿੱਚੋਂ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ